ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਰੋਜ਼ਾਨਾ ਆਉਂਦੇ ਹਾਂ, ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ, ਔਰ ਇੰਟਰਨੈਸ਼ਨਲ ਡੋਮੇਨ ਦੇ ਉੱਤੇ ਜੋ ਪਬਲਿਕ ਫਿਗਰ ਦੇ ਅੰਦਰ ਅਗਰ ਕੋਈ ਮਸਲਾ ਬਣਿਆ ਹੁੰਦਾ ਤਾਂ ਇਸ ਮੰਚ ਦੇ ਉੱਤੇ ਉਹਦਾ ਰੋਡ ਮੈਪ ਤਿਆਰ ਕੀਤਾ ਜਾਂਦਾ, ਔਰ ਉਸਦੇ ਉੱਤੇ ਪ੍ਰਤੀਕਰਮ ਵੀ ਅਸੀਂ ਸੁਣਦੇ ਹਾਂ, ਭਾਵੇਂ ਉਹ ਪ੍ਰਤੀਕਰਮ ਤੁਸੀਂ ਦਿੰਦੇ ਹੋ, ਭਾਵੇਂ ਉਹ ਪ੍ਰਤੀਕਰਮ ਸਾਡੇ ਨਾਲ ਕੋਈ ਵੀ ਸਿਆਸਤਦਾਨ ਆਉਂਦਾ। ਖੈਰ, ਕਦੀ ਕਦਾਰ ਸਾਨੂੰ ਸਿਆਣੇ ਕਹਿੰਦੇ ਹਨ ਕਿ ਬੈਕ ਟੂ ਬੇਸਿਕਸ, ਯਾਨੀ ਕਿ ਜਿਹੜੀ ਬੇਸਿਕ ਗੱਲਾਂ ਹਨ ਉਹਦੇ ਉੱਤੇ ਵੀ ਗੱਲ ਕਰਨੀ ਚਾਹੀਦੀਆਂ ਹਨ, ਔਰ ਮੈਂ ਇਸ ਗੱਲ ਨੂੰ ਜ਼ਰੂਰ ਮੰਨਦਾ ਕਿ ਜਦ ਸਿਆਣੇ ਇਸ ਬਾਰੇ ਸੋਚਦੇ ਹਨ ਕਿ ਜਿਹੜੇ ਰੂਟਸ ਹੈ ਔਰ ਜਿਹੜੀ ਥੱਲੇ ਦੀ ਜਿਹੜੀ ਅਸੀਂ ਮੰਨਦੇ ਹਾਂ ਕਿ ਗਰਾਊਂਡ ਲੈਵਲ ਦੀ ਗੱਲ ਹੈ, ਉਹ ਹੋਣੀ ਵੀ ਬਹੁਤ ਜ਼ਰੂਰੀ ਹੈ, ਔਰ ਜਦ ਉਹਦੇ ਉੱਤੇ ਗੱਲ ਹੁੰਦੀ ਹੈ ਤਾਂ ਫਿਰ ਵੀ ਟਰਾਈ ਟੂ ਮੇਕ ਅ ਰੋਡ ਮੈਪ, ਔਰ ਅਸੀਂ ਜਦ ਰੋਡ ਮੈਪ ਵੀ ਬਣਾਉਂਦੇ ਹਾਂ ਸੋ ਮੈਨੂੰ ਲੱਗਦਾ ਕਿ ਅਸੀਂ ਫਿਰ ਇੱਕ ਡਿਵਲਪਮੈਂਟ ਜ਼ਰੂਰ ਕਰ ਦਿੰਦੇ ਹਾਂ ਕਿਸੇ ਵੀ ਵਿਸ਼ੇ ਦੇ ਉੱਤੇ, ਔਰ ਡਿਵਲਪਿੰਗ ਨਹੀਂ ਰਹਿੰਦਾ, ਉਹ ਡਿਵਲਪਡ ਹੋ ਜਾਂਦਾ। ਸੋ ਖੈਰ, ਅਗਰ ਮੈਂ ਡਿਵਲਪਿੰਗ ਮੁਲਕ ਦੇ ਵੱਲ ਚਲੇ ਜਾਵਾਂ, ਜੀ ਹਾਂ ਭਾਰਤ, ਔਰ ਉਹਦੇ ਇੱਕ ਸੂਬੇ ਦੇ ਵਿੱਚ ਅਗਰ ਮੈਂ ਥੋੜ੍ਹੀ ਜਿਹੀ ਨਜ਼ਰ ਪਾ ਲਵਾਂ ਤਾਂ ਅਜੇ ਕਈ ਸਾਰੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ, ਔਰ ਉਹਦੇ ਉੱਤੇ ਵੀ ਵਿਚਾਰ ਕਰਨਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਆ। ਮੈਨੂੰ ਯਾਦ ਹੈ ਕਿ ਜਦ ਹਾਲ ਫਿਲਹਾਲ ਦੇ ਵਿੱਚ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਸੀਗੀ ਤਾਂ ਉਹਨਾਂ ਨੇ ਬਹੁਤ ਸਾਰੇ ਵਾਅਦੇ ਸੂਬੇ ਦੇ ਵਿੱਚ ਵਸਦੇ ਵਸਨੀਕਾਂ ਲਈ ਕੀਤੇ, ਔਰ ਉਹਨਾਂ ਵਸਨੀਕਾਂ ਨੇ ਉਹਨਾਂ ਨੂੰ ਵੋਟ ਵੀ ਪਾਇਆ। ਕਈ ਗੱਲਾਂ ਦੇ ਉੱਤੇ ਉਹਨਾਂ ਦੇ ਜਿਹੜੇ ਲੀਡਰ ਹਨ ਉਹ ਕਹਿੰਦੇ ਹੋਏ ਸਾਫ ਨਜ਼ਰ ਆਏ ਕਿ ਅਸੀਂ ਖਰੇ ਵੀ ਉਤਰੇ ਹਾਂ, ਔਰ ਅਸੀਂ ਆਪਣੀ ਗੱਲ ਕਹੀ ਵੀ ਹੈ ਔਰ ਉਹਨੂੰ ਕਰਕੇ ਵੀ ਵਿਖਾਇਆ। ਵਿਰੋਧੀ ਧਿਰਾਂ ਨੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ। ਕਈ ਤਾਂ ਇਹ ਵੀ ਕਹਿ ਚੁੱਕੇ ਹਨ ਕਿ ਭਾਵੇਂ ਝੰਡਿਆਂ ਦੇ ਰੰਗ ਬਦਲੇ ਹਨ, ਭਾਵੇਂ ਪੱਗਾਂ ਦੇ ਰੰਗ ਬਦਲੇ ਹਨ, ਭਾਵੇਂ ਅੱਜ ਸਰਕਾਰ ਬਦਲ ਗਈ ਹੈ, ਲੇਕਿਨ ਹਾਲਾਤ ਪੰਜਾਬ ਦੇ ਬਿਲਕੁਲ ਜਿੱਥੇ ਸੀਗੇ ਜੋ ਅਕਾਲੀ ਛੱਡ ਕੇ ਗਏ ਸੀਗੇ ਉਸ ਤੋਂ ਵੀ ਬਦਤਰ ਹੋ ਚੁੱਕੇ ਹਨ, ਇੱਥੇ ਤੱਕ ਵੀ ਕਿਹਾ ਜਾ ਰਿਹਾ। ਲੇਕਿਨ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਜਿਹੜਾ ਉਹ ਡਿਵਲਪਡ ਹੋ ਰਿਹਾ ਹੌਲੀ ਹੌਲੀ। ਇਹ ਅੱਜ ਤੋਂ ਨਹੀਂ, ਅਸੀਂ ਇਹ 1947 ਤੋਂ ਜਦ ਤੋਂ ਵਿਭਾਜਨ ਹੋਇਆ ਉਸ ਟਾਈਮ ਤੋਂ ਸੁਣਦੇ ਹੋਏ ਆ ਰਹੇ ਹਾਂ, ਔਰ ਮੈਨੂੰ ਇੰਨਾ ਪਤਾ ਹੈ ਕਿ ਅੱਜ ਉਸ ਪੰਜਾਬ ਤੋਂ ਨਿਕਲ ਕੇ ਤੁਸੀਂ ਇੱਥੇ ਆ ਕੇ ਪਹੁੰਚ ਤਾਂ ਗਏ ਹੋ, ਔਰ ਸਿਰਫ ਤੁਹਾਡੇ ਲਈ ਜਿਹੜਾ ਸਟਰਗਲ ਪੰਜਾਬ ਤੋਂ ਨਿਕਲ ਕੇ ਇੱਥੇ ਪਹੁੰਚਣ ਤੱਕ ਦਾ ਆਸਾਨ ਨਹੀਂ ਸੀਗਾ, ਲੇਕਿਨ ਅੱਜ ਵੀ ਤੁਸੀਂ ਚਿੰਤਿਤ ਰਹਿੰਦੇ ਹੋ, ਤੁਹਾਨੂੰ ਲੱਗਦਾ ਕਿ ਅੱਜ ਵੀ ਸਾਡਾ ਪੰਜਾਬ ਜਿਹੜਾ ਉਹ ਖੁਸ਼ਹਾਲ ਹੋਵੇ, ਉੱਥੇ ਜਿਹੜਾ ਭਵਿੱਖ ਬੱਚਿਆਂ ਦਾ ਹੈਗਾ, ਨਵੀਂ ਪਨੀਰੀ ਦਾ ਹੈਗਾ, ਉਹ ਵਧੀਆ ਹੋਵੇ। ਔਰ ਤੁਸੀਂ ਸੋਚੋ ਵੀ ਕਿਉਂ ਨਾ, ਕਿਉਂਕਿ ਤੁਸੀਂ ਉਹ ਜਿਹੜਾ ਸੰਤਾਪ ਹੰਡਾ ਕੇ ਆਏ ਹੋ, ਤੁਸੀਂ ਨਹੀਂ ਚਾਹੁੰਦੇ ਕਿ ਜਿਹੜੇ ਅੱਜ ਉੱਥੇ ਬੱਚੇ ਪੜ੍ਹ ਰਹੇ ਹਨ ਜਾਂ ਫਿਰ ਜਿਹੜੇ ਸਾਡੇ ਰਿਸ਼ਤੇਦਾਰ ਉੱਥੇ ਰਹਿ ਰਹੇ ਹਨ ਉਹ ਸੰਤਾਪ ਉਹ ਹੰਡਾਣ। ਤੁਸੀਂ ਡਾਲਰ ਵੀ ਭੇਜਦੇ ਹੋ ਅਗਰ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ, ਔਰ ਤਰਾਸਦੀ ਸਾਡੀ ਇਹ ਰਹੀ ਹੈ ਕਿ ਜਿੰਨੇ ਵੀ ਸਾਡੇ ਆ ਕੇ ਸਾਨੂੰ ਇਮੋਸ਼ਨਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਇਮੋਸ਼ਨਸ ਦੇ ਵਿੱਚ ਆ ਕੇ ਉਹਦਾ ਹੱਥ ਫੜ ਲਿਆ, ਉਹਨੇ ਸਾਡੇ ਇਮੋਸ਼ਨ ਨਾਲ ਖੇਡ ਲਿਆ। ਉਹਦੇ ਬਾਅਦ ਜਦ ਉਹਨੂੰ ਪਤਾ ਚੱਲ ਗਿਆ ਕਿ ਅਸੀਂ ਜੋ ਚਾਹੁੰਦੇ ਸੀਗੇ ਉਹ ਪੂਰਾ ਕਰ ਲਿਆ, ਫਿਰ ਉਹ ਹੱਥ ਛੱਡ ਦਿੰਦੇ ਹਨ, ਉਹਨਾਂ ਦਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪੈਂਦਾ, ਤੁਹਾਨੂੰ ਪੀੜ ਹੁੰਦੀ ਹੈ ਕਿ ਅਸੀਂ ਤਾਂ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਤਾਂ ਅੱਜ ਵੀ ਚਾਹੁੰਦੇ ਹਾਂ ਕਿ ਉਹ ਸੂਬਾ ਜਿਹੜਾ ਉਹ ਸੋਨੇ ਦੀ ਚਿੜੀ ਮੁੜ ਤੋਂ ਕਹਾਵੇ, ਲੇਕਿਨ ਇਹ ਗੱਲਾਂ ਮੈਨੂੰ ਲੱਗਦਾ ਹੁਣ ਸਿਰਫ ਟੀਵੀ ਡਿਬੇਟਾਂ ਦੇ ਉੱਤੇ ਅਖਬਾਰਾਂ ਦੇ ਉੱਤੇ ਹੀ ਰਹਿ ਗਈਆਂ ਹਨ, ਜ਼ਮੀਨੀ ਪੱਧਰ 'ਤੇ ਉੱਥੇ ਕੁਝ ਵੀ ਨਹੀਂ ਬਦਲਿਆ। ਮੈਂ ਇਹ ਨਹੀਂ ਕਹਾਂਗਾ ਕਿ ਉੱਥੇ ਹਰ ਇੱਕ ਦਾਇਰਾ ਜਾਂ ਫਿਰ ਹਰ ਆਰਗਨਾਈਜੇਸ਼ਨ ਜਾਂ ਫਿਰ ਸਰਕਾਰ ਦੇ ਵਿੱਚ ਜਿਹੜੇ ਆਫਿਸਰਸ ਹਨ ਜਾਂ ਫਿਰ ਜਿਹੜੇ ਵੱਖ ਵੱਖ ਪਾਰਟੀਆਂ ਦੇ ਵਿੱਚ ਸਿਆਸਤਦਾਨ ਹਨ ਉਹ ਇੱਕ ਹੀ ਥਾਲੀ ਦੇ ਚੱਟੇ ਬੱਟੇ ਹਨ। ਦੇਰ ਆਰ ਸਮਵਨ ਦੋਜ਼ ਹੂ ਰੀਅਲੀ ਵਾਂਟ ਟੂ ਡੂ ਸਮਥਿੰਗ, ਦੇ ਆਰ ਓਨੈਸਟ ਐਜ਼ ਵੈਲ, ਲੇਕਿਨ ਇਮਾਨਦਾਰੀ ਦਾ ਉਸ ਸੂਬੇ ਦੇ ਵਿੱਚ ਉਸ ਮੁਲਕ ਦੇ ਵਿੱਚ ਕੋਈ ਵੀ ਭਵਿੱਖ ਨਹੀਂ ਹੈਗਾ। ਮੈਂ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕਰ ਰਿਹਾ ਸੀਗਾ। 10 ਸਾਲ ਜਦ ਅਕਾਲੀਆਂ ਨੇ ਰਾਜ ਕੀਤਾ ਔਰ ਅਸੀਂ ਵੀ ਵੇਖਿਆ ਕਿ ਕਿਸ ਤਰੀਕੇ ਦੇ ਹਾਲਾਤ ਉਹਨਾਂ ਨੇ ਪੰਜਾਬ ਦੇ ਵਿੱਚ ਬਣਾਏ, ਰੇਤ ਮਾਫੀਆ ਉਜਾਗਰ ਹੋਇਆ, ਕੇਬਲ ਮਾਫੀਆ ਉਜਾਗਰ ਹੋਇਆ, ਡਰੱਗ ਮਾਫੀਆ ਉਜਾਗਰ ਹੋਇਆ, ਅਗਰ ਕੁਝ ਪੰਜਾਬ ਦੇ ਵਿੱਚ ਉਜਾਗਰ ਹੋਇਆ ਤਾਂ ਉਹ ਮਾਫੀਆ ਉਜਾਗਰ ਹੋਇਆ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਏ ਤਾਂ ਇੱਕ ਆਸ ਸੀਗੀ ਕਿ ਨਹੀਂ, ਮਹਾਰਾਜਾ ਸਾਹਿਬ ਨੇ ਤਾਂ ਗੁਟਕੇ ਦੀ ਸੌਂਹ ਖਾਈ ਹੈ ਕਿ ਮੈਂ ਪੰਜਾਬ ਦੇ ਵਿੱਚ ਹਾਲਾਤ ਬਦਲਾਂਗਾ ਕਿਸਾਨਾਂ ਦੇ,
ਮੈਂ ਪੰਜਾਬ ਦੇ ਵਿੱਚ ਲਿਆਵਾਂਗਾ ਇੱਕ ਨਵੀਂ ਉਮੀਦ ਔਰ ਇੱਕ ਨਵੀਂ ਕਿਰਨ ਲਿਆਵਾਂਗਾ ਜੋ ਕਿ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਏਗੀ। 2017 ਤੋਂ ਲੈ ਕੇ 2019 ਤੱਕ ਕਈ ਸਾਰੇ ਇਜਲਾਸ ਹੋਏ, ਕਈ ਸਾਰੀ ਫੇਰ ਬਦਲ ਹੋਏ, ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਵੀ ਆਈ, ਉਹਨਾਂ ਤੋਂ ਵੀ ਆਸ ਲਾਈ ਗਈ, ਲੇਕਿਨ ਹਾਲਾਤ ਉੱਥੇ ਦੇ ਹੀ ਉੱਥੇ। ਜਦ ਇਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਸੀਗਾ ਕਿ ਕੈਪਟਨ ਸਾਹਿਬ ਤੁਸੀਂ ਅਜੇ ਤੱਕ ਕੁਛ ਨਹੀਂ ਕੀਤਾ, ਉਹ ਕਹਿੰਦਾ ਅਕਾਲੀ ਦਾ ਸਾਰਾ ਖਜ਼ਾਨਾ ਖਾਲੀ ਕਰ ਗਏ, ਸਾਡੇ ਕੋਲ ਤਾਂ ਖਜ਼ਾਨਾ ਹੈ ਹੀ ਨਹੀਂ, ਸਾਡੇ ਕੋਲ ਤਾਂ ਲੋਨ ਸਾਡੇ ਕਰਜ਼ਾ ਜਿਹੜਾ ਸਾਡੇ ਬਿਲਕੁਲ ਉੱਤੇ ਚੜਿਆ ਹੋਇਆ। ਫਿਰ ਤੁਸੀਂ ਕਿਵੇਂ ਗੁਟਕਾ ਫੜ ਕੇ ਸੌਂ ਖਾ ਲਏ ਸੀਗੇ ਕਿ ਮੈਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਵਾਂਗਾ, ਜਦ ਤੁਹਾਨੂੰ ਪਤਾ ਹੀ ਤੁਹਾਡੇ ਜੇਬ ਦੇ ਵਿੱਚ ਅਠੰਨੀ ਹੈ ਨਹੀਂ, ਤੁਸੀਂ ਰੁਪਇਆ ਕਿਵੇਂ ਖਰਚੋਗੇ, ਸਵਾਲ ਬਣਦਾ ਸੀਗਾ। ਜਦ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਘੇਰਿਆ ਤਾਂ ਕਹਿੰਦੇ ਅਸੀਂ ਹੌਲੀ ਹੌਲੀ ਜਿਹੜਾ ਉਹ ਸੁਧਾਰ ਲੈ ਕੇ ਆ ਰਹੇ ਹਾਂ, ਐਗਜ਼ੈਂਪਸ਼ਨਸ ਲੈ ਕੇ ਆ ਰਹੇ ਹਾਂ ਟੈਕਸੇਸ਼ਨ ਦੇ ਵਿੱਚ ਜੋ ਕਿ ਪੰਜਾਬ ਦਾ ਖਜ਼ਾਨਾ ਭਰੂਗਾ। ਲੇਕਿਨ ਜਿਹਨੇ ਪੰਜਾਬ ਦਾ ਖਜ਼ਾਨਾ ਭਰਨਾ ਉਹੀ ਮੀਡੀਆ ਦੇ ਅੱਗੇ ਨਹੀਂ ਆ ਰਿਹਾ। ਜੀ ਹਾਂ, ਪੰਜਾਬ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਉਹ ਕਿੱਥੇ ਹੈ? ਔਰ ਜਿਹੜਾ ਕੰਮ ਕਰਨਾ ਚਾਹੁੰਦਾ ਹੈ ਉਹਨੂੰ ਤੁਸੀਂ ਪਿੱਛੇ ਲਾਤਾ, ਨਵਜੋਤ ਸਿੰਘ ਸਿੱਧੂ। ਅਤੇ ਮਹਾਰਾਜਾ ਸਾਹਿਬ ਅੱਜ ਜਿਹੜਾ ਤੁਸੀਂ ਅਪੀਲ ਕੀਤੀ ਹੈ ਉਹ ਮੈਨੂੰ ਲੱਗਦਾ ਵਿਰੋਧੀ ਧਿਰ ਤੁਹਾਨੂੰ ਸਹੀ ਖਿੱਚ ਰਹੇ ਨੇ। ਜੋ ਤੁਸੀਂ ਨਵੇਂ 6 ਕੈਬਨਿਟ ਦੇ ਵਿੱਚ ਮਨਿਸਟਰ ਲੈ ਕੇ ਆਏ ਹੋ, ਜਿਹੜੀ ਨਵੀਂ ਤਜਵੀਜ਼ ਤੁਸੀਂ ਅੱਜ ਪੰਜਾਬ ਦੇ ਖਜ਼ਾਨੇ ਦੇ ਉੱਤੇ ਰੱਖੀ ਹੈ, ਮੈਨੂੰ ਲੱਗਦਾ ਕਿ ਜੇਕਰ ਤੁਸੀਂ 5 ਰੁਪਏ ਸੋਚ ਰਹੇ ਸੀਗੇ ਨਾ ਖਰਚਣ ਦੇ ਲਈ, ਤੁਹਾਡੇ ਕੋਲ ਤਾਂ ਠੰਨੀ ਵੀ ਨਹੀਂ ਹੈਗੀ। ਤੁਸੀਂ 5 ਗੁਣਾ ਜ਼ਿਆਦਾ ਪੈਸੇ ਖਰਚਣ ਦੀ ਸੋਚ ਰਹੇ ਹੋ, ਔਰ ਤੁਸੀਂ 5 ਗੁਣਾ ਜ਼ਿਆਦਾ ਪੰਜਾਬ ਦੇ ਉੱਤੇ ਬੋਝ ਪਾ ਤਾ ਇਹਨਾਂ ਪੰਜਿਆਂ ਨੂੰ ਲਿਆ ਕੇ। ਕੀ ਜ਼ਰੂਰਤ ਸੀਗੀ ਮਹਾਰਾਜਾ ਸਾਹਿਬ? ਤੁਹਾਡਾ ਪੰਜਾਬ ਵੈਸੇ ਹੀ ਹੈਂਡੀਕੈਪਡ ਹੋਇਆ ਹੋਇਆ, ਉੱਥੇ ਹਾਲਾਤ ਬਿਹਤਰ ਕਰਨ ਦੇ ਲਈ ਤੁਸੀਂ ਬੇਸਿਕ ਕੰਮ ਕਰੋ, ਸਿੱਖਿਆ ਦੇ ਮਿਆਰ ਨੂੰ ਵਧਾਉਣ ਦੇ ਲਈ ਕੋਈ ਨਵੀਂ ਪੋਲਿਸੀਜ਼ ਲੈ ਕੇ ਆਓ, ਹੈਲਥ ਦੇ ਵਿੱਚ ਕੋਈ ਨਵੀਂ ਪੋਲਿਸੀਜ਼ ਲੈ ਕੇ ਆਓ, ਉਹਨਾਂ ਵਿਚਾਰੇ ਕਿਸਾਨਾਂ ਨੇ ਲੈ ਕੇ ਆਓ ਜੋ ਜੀਵਨ ਲੀਲਾ ਸਮਾਪਤ ਕਰ ਰਹੇ ਨੇ ਕੀਟਨਾਸ਼ਕ ਪੀ ਕੇ। ਕੀ ਲਿਆਇਓ ਤੁਸੀਂ ਅਜੇ ਤੱਕ? ਸਿਰਫ ਬੋਝ। ਇਹ ਰਿਪੋਰਟ ਦੇਖੋ, ਇਹ ਬੋਝ ਦੇ ਵਿੱਚ ਕਿਵੇਂ ਦੱਬਿਆ ਜਾ ਰਿਹਾ ਪੰਜਾਬ। ਕਾਨਫਰੰਸ ਨੇ ਇਹ ਇਹਨਾਂ ਨੂੰ ਦੇਣਾ ਹੈ, ਇਹ ਇੱਕ ਪੋਲੀਟੀਕਲ ਰੋਟੀਆਂ ਸੇਕਣ ਵਾਲੀ ਗੱਲ ਹੈ, ਇਸ ਤੋਂ ਜ਼ਿਆਦਾ ਕੁਛ ਨਹੀਂ। ਲੋਕਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ, 3 ਸਾਲ ਦੇ ਵਿੱਚ ਕਾਂਗਰਸ ਗਵਰਨਮੈਂਟ ਨੇ ਕੋਈ ਭਲਾ ਨਹੀਂ ਕੀਤਾ ਲੋਕਾਂ ਦਾ। ਅਗਰ ਜੇ ਅਪੁਆਇੰਟਮੈਂਟਸ ਹੋ ਗਈਆਂ ਤਾਂ ਇਹਨਾਂ 6 ਲੋਕਾਂ ਦਾ ਭਲਾ ਜ਼ਰੂਰ ਹੋ ਰਿਹਾ, ਔਰ ਇਹਨਾਂ ਦੀ ਡਿਸਕੁਆਲੀਫਿਕੇਸ਼ਨ ਜ਼ਰੂਰ ਆਏਗੀ, ਜਿਹਦੇ ਉੱਤੇ ਮੈਂ ਰਿਪ੍ਰੈਜੈਂਟ ਕਰ ਰਿਹਾ ਸਪੀਕਰ ਨੂੰ। ਇਹ ਆਫਿਸ ਆਫ ਪ੍ਰੋਫਿਟ ਹੈ, ਆਫਿਸ ਆਫ ਪ੍ਰੋਫਿਟ ਹੋਣ ਦੀ ਵਜ੍ਹਾ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏ। ਤਾਂ ਉਹ ਤਾਂ ਐਕਸਪੈਕਟ ਕਰਦੇ ਸੀ ਅਸੀਂ, ਇਹ ਜਿਹੜੇ ਵਿਹਲੇ ਬੈਠੇ ਨੇ ਲੋਕ, ਉੱਥੇ ਕੋਈ ਵਕੀਲ ਆ ਕੇ ਪਾ ਦਿੰਦਾ, ਕੋਈ ਪਾ ਦਿਓ ਪਾ ਦਿਓ। ਇੱਕ ਪਾਸੇ ਤਾਂ ਪੰਜਾਬ ਸਰਕਾਰ ਵਾਰ ਵਾਰ ਇਹ ਕਹਿੰਦੀ ਆ ਕਿ ਸਾਡਾ ਪੰਜਾਬ ਦਾ ਆਰਥਿਕ ਸੰਕਟ ਚੱਲ ਰਿਹਾ ਹੈਗਾ, ਪੰਜਾਬ ਵਿੱਚ ਪੈਸਾ ਹੈ ਨਹੀਂ, ਖਜ਼ਾਨਾ ਖਾਲੀ ਹੈ। ਦੂਜੇ ਪਾਸੇ 6 ਅਹੁਦੇ ਕ੍ਰੀਏਟ ਕਰਤੇ ਜਿਹਨਾਂ ਦਾ ਕੋਈ ਕੰਮ ਨਹੀਂ ਹੈਗਾ। ਸਭ ਨੂੰ ਪਤਾ ਗਿਆ ਵੀ ਸੀਐਮ ਸਾਹਿਬ ਕੰਮ ਤਾਂ ਕਰਦੇ ਨੇ, ਸਲਾਹਕਾਰ ਫਿਰ ਕਦ ਨਹੀਂ ਰੱਖੇ ਨੇਗੇ। ਔਰ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਆ, ਸੰਵਿਧਾਨ ਦੀ ਅਵੱਗਿਆ ਹੋਈ ਆ, ਸੰਵਿਧਾਨ ਦਾ ਉਲੰਘਣ ਹੋਇਆ, ਸੁਪਰੀਮ ਕੋਰਟ ਦੀਆਂ, ਹਾਈ ਕੋਰਟ ਦੀਆਂ ਕਿੰਨੀ ਜਜਮੈਂਟਸ ਨੇ ਜਿਹੜੀਆਂ ਉਹ ਇਸ ਗੱਲ ਦੇ ਖਿਲਾਫ਼ ਨੇ ਵੀ ਆਫਿਸ ਐਂਡ ਪ੍ਰੋਫਿਟ ਦਾ ਅਹੁਦਾ ਜਿਹੜਾ ਹੈਗਾ ਉਹ MLA ਨੂੰ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਲੇਕਿਨ ਬੜੀ ਬਦਕਿਸਮਤੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਇਸ ਤਰ੍ਹਾਂ ਕਰਕੇ ਫਿਰ ਇੱਕ ਵਾਰ ਕਾਨੂੰਨ ਦੀ ਉਲੰਘਣਾ ਕੀਤੀ ਆ, ਔਰ ਦੂਜੇ ਪਾਸੇ ਖਜ਼ਾਨੇ 'ਤੇ ਬੋਝ ਪਾਇਆ ਗਾ। ਜਿਹੜਾ ਐਡਵਾਈਜ਼ਰ ਟੂ CM ਦਾ ਅਹੁਦਾ ਉਹ ਆਫਿਸ ਆਫ ਪ੍ਰੋਫਿਟ, MLA ਕੋਈ ਵੀ ਇਹੋ ਜਿਹੀ ਪੋਸਟ 'ਤੇ ਨਹੀਂ ਲੱਗ ਸਕਦਾ ਜਿਹੜੀ ਪੋਸਟ ਆਫਿਸ ਆਫ ਪ੍ਰੋਫਿਟ ਕਹੀ ਜਾਂਦੀ। ਇਹਦੇ ਕਰਕੇ ਜਿਹੜੇ MLA ਸਾਹਿਬਾਨ ਇਹਦੇ 'ਤੇ ਲੱਗਣਗੇ ਇਹ ਡਿਸਕੁਆਲੀਫਾਈ ਹੋਣਗੇ, ਕਿਉਂਕਿ ਇਲੀਗਲ ਆਰਡਰ ਆ ਗਵਰਨਮੈਂਟ ਦਾ। ਸੰਵਿਧਾਨ ਦੀ ਜਿਹੜੀ ਮੰਸ਼ਾ ਸੀ ਉਹਨੂੰ ਬਾਈਪਾਸ ਕਰਕੇ ਕੀਤਾ ਗਿਆ। ਮੁੱਖ ਮੰਤਰੀ ਸਾਹਿਬ ਚਾਹੁਣ ਤਾਂ ਐਡਵਾਈਜ਼ਰ ਲਾ ਸਕਦੇ, ਪਰ MLA ਨੂੰ ਐਡਵਾਈਜ਼ਰ ਜਿਹੜਾ ਹੈਗਾ ਸਿੱਟਿੰਗ ਨੂੰ ਨਹੀਂ ਲਾਇਆ ਜਾਂਦਾ, ਕਿਤੇ ਹੋਰ ਜਿਹਨੂੰ ਸਮਝਣ ਲਾ ਸਕਦੇ। ਇਸ ਕਰਕੇ ਇਹ ਸੰਵਿਧਾਨ ਦੀ ਵੀ ਜਿਹੜੀ ਹੈਗੀ ਹੈ ਅਣਦੇਖੀ ਹੈ, ਔਰ ਨਿਯਮਾਂ ਦੀ ਰੂਲਾਂ ਦੀ ਸਾਰੀਆਂ ਚੀਜ਼ਾਂ। ਅਤੇ 6 ਪੋਲੀਟੀਕਲ ਐਡਵਾਈਜ਼ਰ ਬਣਾਏ, ਉਹਨਾਂ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ। ਉਹਨਾਂ ਵਿੱਚੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਜੀਤ ਨਾਗਰਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਵਿਧਾਇਕ ਤਰਸੇਮ ਸਿੰਘ, ਜਿਨ੍ਹਾਂ ਨੂੰ ਕੈਬਨਿਟ ਰੈਂਕ ਦਿੱਤੀ ਗਈ ਹੈ। ਕੀ ਇਹਨਾਂ ਵਿਧਾਇਕਾਂ ਨੂੰ ਖੁਸ਼ ਕਰਨ ਦੀ ਗੱਲ ਅੱਜ ਕੈਬਨਿਟ ਦੇ ਵਿੱਚ ਔਰ ਇਸ ਇਜਲਾਸ ਦੇ ਵਿੱਚ, ਇਸ ਮੀਟਿੰਗ ਦੇ ਵਿੱਚ ਰੱਖੀ ਗਈ ਸੀਗੀ? ਕੀ ਇਸ ਤੋਂ ਤੁਹਾਡੇ ਕੈਬਨਿਟ ਜਿਹੜੇ ਨੇ, ਤੁਹਾਡੇ ਜਿਹੜੇ ਵਿਧਾਇਕ ਨੇ, ਉਹ ਤਾਂ ਖੁਸ਼ ਹੋ ਜਾਣਗੇ, ਲੇਕਿਨ ਜਿਹੜੀ ਪੰਜਾਬ ਦੇ ਵਸਨੀਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟ ਦਿੱਤਾ ਮਹਾਰਾਜਾ ਸਾਹਿਬ, ਉਹਨਾਂ ਨੂੰ ਤੁਸੀਂ ਖੁਸ਼ ਕਦ ਕਰੋਗੇ? ਕਦ ਉਹ
किरण लैके आओगे आस की जो कि दिखाएगी पंजाब का भविख। अज तुसीं पंजाब नूं वेंटीलेटर दे उत्ते पाया होया और फूका मार मार के विरोधी धिर जिहड़े पहलां तुहाडे पंजाब नूं छड्ड के गए हुए सीगे अज वेंटीलेटर दे उत्ते होया पंजाब, तुसीं किवें NRI भरावां नूं अपील करदे हो कि तुसीं साडा साथ देवो? तुहाडा साथ क्यों देईए? की है तुहाडे कोल, की है तुहाडे कोल रोड मैप पंजाब नूं इक वधिया भविख देण दा? लियाओ साडे सामने जरूर। NRI भरा जो अज तुहाडा साथ देंदे हुए आए हन वो भी देणगे, लेकिन क्यों देणगे वड्डा सवाल है बनता है। तुसी एक पंजाब दे विच कोई नवी अजिही पॉलिसी लैके आए हो अपने 2 साल के 3 साल के कार्यकाल दे विच जो सानू लगे कि वाकई ही एक नवे पंजाब की शुरुआत हो रही है, वही सब गल्लां जो 10 साल पहला अकाली छड़ के गए सीगे। मैं इस गल दे विच जरूर कहांगा अज वाकई ही जमीनी पद्धर ते हालात पंजाब दे जिस तरीके दे सीगे उस तरीके दे ही पए हन। विरोधी धिर अज निशाना तो मार रहे हैं लेकिन विरोधी धिरां दे पल्ले की है, वो की छड़ के गए सीगे पंजाब दे लई? इन्हां सारे गल्लां दे उत्ते असीं जवाब लवांगे, रखांगे इस मंच दे उत्ते, लियावांगे उन्हां सियासतदारां नूं और पुछांगे उन्हां नूं यही जवाब, करांगे तकरार इस ब्रेक तों उस पार। सो ब्रेक तों बाद साडा अज जिहड़ा विशा सीगा बहुत गंभीर हैगा और इस विषय दे उत्ते विचार करना भी लाजमी बन जाता है। जिवें मैं तुहानूं दस रहा सीगा कि 6 कैबिनेट मिनिस्टर्स जिहड़े ने ਉਹ ਹਾਲ ਫਿਲਹਾਲ ਦੇ ਵਿੱਚ ਨਿਯੁਕਤ ਕੀਤੇ ਗਏ ਹਨ, ਪੋਲੀਟੀਕਲ ਐਡਵਾਈਜ਼ਰ ਹੋਣਗੇ ਕੈਪਟਨ ਅਮਰਿੰਦਰ ਸਿੰਘ ਦੇ। ਔਰ ਗੱਲ ਇੱਥੇ ਆਈ ਸੀਗੀ ਕਿ ਵਿਰੋਧੀ ਧਿਰ ਕਹਿ ਰਹੇ ਨੇ ਕਿ ਇਹ ਪੰਜਾਬ ਦੇ ਉੱਤੇ ਬੋਝ ਹੈ ਔਰ ਪੰਜਾਬ ਦੇ ਖਜ਼ਾਨਾ ਦਾ ਪਹਿਲਾਂ ਹੀ ਸਾਨੂੰ ਪਤਾ ਕਿ ਕੀ ਹਾਲਾਤ ਬਣੇ ਹੋਏ ਹਨ ਔਰ ਜਦ ਅਗਰ ਇਹ ਇੱਕ ਐਲਾਨ ਕੀਤਾ ਜਾਂਦਾ ਹੈ ਤਾਂ ਕਿੱਥੇ ਨਾ ਕਿੱਥੇ ਜਿਹੜਾ ਸਾਡਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਜੋ ਸਾਡੀ ਜਗ੍ਹਾ ਬਣੀ ਹੋਈ ਹੈ ਉੱਥੇ ਅਸੀਂ ਹੋਰ ਘੱਟ ਹੋ ਜਾਵਾਂਗੇ, ਇਹ ਕਹਿਣਾ ਹੈਗਾ ਵਿਰੋਧੀ ਧਿਰ ਦਾ। ਮੇਰੇ ਨਾਲ 67 ਜਨਰਲ ਮੌਜੂਦ ਹਨ, ਹਰਜੋਤ ਸਿੰਘ ਹੁੰਡਲ, ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ USA, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਥੋੜ੍ਹੀ ਜਿਹੀ ਨਜ਼ਰ ਪਾ ਲੈਂਦੇ ਹਾਂ ਕਿ ਵਿਰੋਧੀ ਧਿਰ ਇਹ ਕਿਉਂ ਕਹਿ ਰਿਹਾ। ਹੁੰਡਲ ਸਾਹਿਬ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਬਦਲਾਵ ਨੂੰ? ਸਾਰਿਆਂ ਤੋਂ ਪਹਿਲਾਂ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਔਰ ਵਿਸ਼ਾ ਜਿਹੜਾ ਤੁਹਾਡਾ ਬਹੁਤ ਚੰਗਾ ਆ ਜੀ, ਜਿਵੇਂ ਅੱਜ ਖਬਰਾਂ ਮਿਲੀਆਂ ਔਰ ਖਬਰਾਂ ਪੜ੍ਹੀਆਂ ਜੀ, ਛੇ ਹੋਰ ਸਲਾਹਕਾਰ ਜਿਹੜੇ ਨੇ ਨਿਯੁਕਤ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਕੈਪਟਨ ਸਾਹਿਬ ਵੱਲੋਂ ਜੀ। ਪਹਿਲੀ ਗੱਲ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਤੱਕ 26 ਸਲਾਹਕਾਰ ਜਿਹੜੇ ਕੈਪਟਨ ਸਰਕਾਰ ਨੇ ਨਿਯੁਕਤ ਕੀਤੇ ਨੇ, ਕੈਪਟਨ ਸਾਹਿਬ ਇਹ ਜਵਾਬ ਦੇਣ ਕੇ ਪਹਿਲੇ ਜਿਹੜੇ 20 ਸੀਗੇ ਉਹਨਾਂ ਦੀਆਂ ਸਲਾਹਾਂ ਤੁਹਾਡੇ ਕੰਮ ਨਹੀਂ ਆਈਆਂ, ਜਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਯਕੀਨ ਨਹੀਂ ਜਿਹੜੇ ਹੋਰ 6 ਜਿਹੜੇ ਨਿਯੁਕਤ ਕੀਤੇ ਗਏ ਨੇ ਜੀ? ਦੂਜੀ ਗੱਲ ਇਹ, ਜਦੋਂ ਅਕਾਲੀ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਨ ਜੀ, ਉਦੋਂ ਇਹ ਢੰਡੂਰਾ ਪੁੱਟਦੇ ਰਹੇ ਨੇ ਕਿ ਕਾਂਗਰਸ ਸਰਕਾਰ ਜਿਹੜੀ ਆ ਖਜ਼ਾਨਾ ਖਾਲੀ ਕਰ ਗਈ ਆ, ਅਸੀਂ ਕੋਈ ਡਿਵੈਲਪਮੈਂਟ ਨਹੀਂ ਕਰ ਸਕਦੇ। ਫਿਰ ਵੀ 10 ਸਾਲ ਸਰਕਾਰ ਚੱਲੀ ਆ ਕਿਉਂਕਿ ਪੰਜਾਬ ਸਰਕਾਰ ਕੋਲ ਆਪਣੇ ਰੈਵਨਿਊ ਨੇ, ਆਪਣੀ ਇਨਕਮ ਦੇ ਸਾਧਨ ਨੇ, ਔਰ ਉਸ ਟਾਈਮ ਤੇ ਗਰੀਬਾਂ ਨੂੰ ਮੁਫ਼ਤ ਦਾਲ ਆਟਾ ਸਕੀਮਾਂ ਮਿਲਦੀਆਂ ਰਹੀਆਂ, ਬੱਚਿਆਂ ਨੂੰ ਵਰਦੀਆਂ ਮਿਲਦੀਆਂ ਰਹੀਆਂ, ਸਕੂਲਾਂ ਦੇ ਵਿੱਚ ਸਾਈਕਲਾਂ ਨੂੰ ਸਾਈਕਲ ਦਿੱਤੇ ਜਾਂਦੇ ਰਹੇ ਨੇ, ਔਰ ਸਗਨ ਸਕੀਮ ਵੀ ਮਿਲਦੀ ਰਹੀ ਆ, ਜਦੋਂ ਕਿ ਹੁਣ ਕਾਂਗਰਸ ਸਰਕਾਰ ਨੇ ਸਗਨ ਸਕੀਮ ਬੰਦ ਕਰਤੀ, ਸਕੂਲ ਬੰਦ ਕਰਤੇ, ਆਟਾ ਸਕੀਮ ਬੰਦ ਕਰਤੀ। ਔਰ ਜੇ ਦੇਖਿਆ ਜਾਏ ਤੇ ਮੇਰੀ ਨਿਗਾਹ ਦੇ ਵਿੱਚ ਹੁਣ ਤੱਕ ਇਹਨਾਂ ਦੀ ਡਿਵੈਲਪਮੈਂਟ ਕੋਈ ਨੀ। ਬੋਝ ਵਾਲੀ ਜੇ ਗੱਲ ਆਖੀਏ ਤੇ ਜਦੋਂ ਖਜ਼ਾਨਾ ਮੰਤਰੀ ਹੁਣ ਵੀ ਮਨਪ੍ਰੀਤ ਸਿੰਘ ਬਾਦਲ ਆ ਜੀ, ਹੁਣ ਉਹਨਾਂ ਦਾ ਕੋਈ ਬਿਆਨ ਨੀ ਹੁੰਦਾ, ਅੱਜ ਦੇਣ ਉਹ ਬਿਆਨ ਕਿ ਖਜ਼ਾਨਾ ਜਿਹੜਾ ਖਾਲੀ ਆ ਅਸੀਂ ਕੱਖ ਨੀ ਕਰ ਸਕਦੇ। ਪਰ ਜੇ ਦੇਖਿਆ ਜਾਏ ਤੇ ਇਹ ਜਿਹੜਾ 6 ਬੰਦਿਆਂ ਦਾ ਬੋਝ ਆ ਇਹ ਕਿਹਦੇ ਤੇ ਪਏਗਾ? ਇਹਨਾਂ ਵਾਸਤੇ ਗੱਡੀਆਂ ਦਾ ਖਰਚਾ, ਇਹਨਾਂ ਵਾਸਤੇ ਕਾਰਾਂ ਦਾ ਖਰਚਾ, ਇਹਨਾਂ ਵਾਸਤੇ ਤੇਲ ਦਾ ਖਰਚਾ, ਸਕਿਉਰਿਟੀ ਗਾਰਡ, ਉਹਨਾਂ ਦਾ ਖਰਚਾ ਕਿੱਥੋਂ ਆਉਣਾ? ਮੈਂ ਮੰਨ ਗਿਆ ਹੁੰਡਲ ਸਾਹਿਬ ਕਿ ਕੈਪਟਨ ਸਰਕਾਰ ਦੇ 6 ਨਵੇਂ ਸਲਾਹਕਾਰ ਤੁਹਾਡੇ ਲਈ ਬੇਕਾਰ, ਮੈਂ ਮੰਨ ਗਿਆ ਇਸ ਗੱਲ ਨੂੰ, ਬੇਕਾਰ ਆ ਕਿਉਂਕਿ ਡਿਵੈਲਪਮੈਂਟ ਕੋਈ ਨਹੀਂ। ਠੀਕ ਹੈ, ਅੱਜ ਦੇ ਹਾਲਾਤਾਂ ਤੇ ਜੇ ਨਿਗਾਹ ਮਾਰੀਏ ਕਿਹੜਾ ਵਰਗ ਆ ਜਿਹੜਾ ਇਹਨਾਂ ਤੋਂ ਖੁਸ਼ ਆ? ਗਰੀਬ ਵਰਗ, ਮੁਲਾਜ਼ਮ ਵਰਗ। ਮੁਲਾਜ਼ਮਾਂ ਦੀ ਜੇ ਗੱਲ ਕਰੀਏ ਕਿਸੇ ਨੂੰ ਤਨਖਾਹ ਨੀ ਮਿਲ ਰਹੀ ਆ, ਹੜਤਾਲ ਹੜਤਾਲਾਂ ਹੋਣ ਡਈਆਂ, ਇਹਨਾਂ ਨੇ ਵਿਚਾਰੀਆਂ ਜਿਹੜੀਆਂ ਲੇਡੀਜ਼ ਦੇ ਕਰਮਚਾਰੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ। ਹੁੰਦਲ ਸਾਹਿਬ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਆਪਣੇ ਵੋਲਿਊਮ ਜਿਹੜੀ ਹੈ ਤੁਹਾਡੇ ਸਾਡੇ ਕੋਲ ਨਹੀਂ ਪਹੁੰਚ ਪਾ ਰਹੀ ਵਧੀਆ ਤਰੀਕੇ ਨਾਲ, ਜਾਂ ਤਾਂ ਆਪਣੇ ਹੈਂਡਸੈੱਟ ਨੂੰ ਆਪਣੇ ਕੋਲ ਰੱਖਿਓ, ਜਾਂ ਫਿਰ ਜੇ ਤੁਸੀਂ ਹੈੱਡਫੋਨ ਲਾਇਆ ਹੋਇਆ
ਤਾਂ ਉਹਨੂੰ ਠੀਕ ਤਰੀਕੇ ਨਾਲ ਰੱਖਿਓ। ਠੀਕ ਹੈ, ਹੁਣ ਆਵਾਜ਼ ਆ ਰਹੀ ਹੈ ਜੀ? ਯੈਸ, ਨਾਓ ਆਈ ਕੈਨ ਹੀਅਰ ਯੂ ਪ੍ਰੋਪਰਲੀ। ਓਕੇ, ਤੇ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਖਜ਼ਾਨੇ ਦੇ ਜੇ ਬੋਝ ਦੀ ਗੱਲ ਕਰਦੇ ਆ ਜੀ, ਤੇ ਪਿਛਲੀ ਸਰਕਾਰ ਵੇਲੇ ਵੀ ਇਹ ਜਿਹੜੇ ਖਜ਼ਾਨਾ ਮੰਤਰੀ ਸਨ ਇਹ ਖੱਪ ਪਾਉਂਦੇ ਰਹੇ ਨੇ ਕਿ ਕਾਂਗਰਸ ਸਰਕਾਰ ਜਿਹੜੀ ਆ ਉਹ ਖਜ਼ਾਨਾ ਖਾਲੀ ਕਰ ਗਈ ਆ। ਹੁਣ ਜੇ ਇਹ ਕਾਂਗਰਸ ਸਰਕਾਰ ਦੇ ਖਜ਼ਾਨਾ ਮੰਤਰੀ ਨੇ ਤੇ ਇਹ ਗੱਲ ਇਹ ਕਹਿੰਦੇ ਵੀ ਅਕਾਲੀਆਂ ਨੇ ਖਜ਼ਾਨਾ ਖਾਲੀ ਕਰਤਾ, ਇਹਨਾਂ ਵਾਸਤੇ ਹੀ ਖਜ਼ਾਨਾ ਖਾਲੀ ਆ? ਪਿਛਲੀ ਸਰਕਾਰ ਨੇ 10 ਸਾਲ ਕੱਢੇ ਨੇ, ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਰਹੀਆਂ। ਕਿਹੜੀ ਕਿਹੜੀ ਸਹੂਲਤਾਂ ਦਿੱਤੀਆਂ ਹੁੰਡਲ ਸਾਹਿਬ? ਹਾਂਜੀ, ਕਿਹੜੀ ਕਿਹੜੀ ਸਹੂਲਤਾਂ ਦਿੱਤੀਆਂ ਪਿਛਲੀ ਸਰਕਾਰ ਨੇ, ਯਾਨੀ ਕਿ ਤੁਹਾਡੀ ਸਰਕਾਰ ਨੇ? ਪਿਛਲੀ ਸਰਕਾਰ ਨੇ ਮੁਲਾਜ਼ਮਾਂ ਨੂੰ ਪ੍ਰਾਪਰ ਤਨਖਾਹ ਮਿਲਦੀ ਰਹੀ ਆ। ਅੱਛਾ, ਗਰੀਬ ਵਰਗ ਨੂੰ, ਗਰੀਬ ਵਰਗ ਨੂੰ ਆਟਾ ਦਾਲ ਸਕੀਮ ਮਿਲਦੀ ਰਹੀ ਆ, ਬਿਜਲੀ ਦੇ ਬਿੱਲ ਬੰਦ ਹੋਏ। ਇਹ ਸਰਕਾਰ ਨੇ ਆਉਂਦਿਆਂ ਹੀ ਸਾਰੀਆਂ ਚੀਜ਼ਾਂ ਬੰਦ ਕਰਤੀਆਂ, ਇੱਕ ਵੀ ਨਹੀਂ ਲਾਗੂ ਕੀਤੀ, ਔਰ ਜਿੰਨੇ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤੇ ਸੀ ਸਾਰੇ ਇਹਨਾਂ ਨੇ ਆ ਕੇ ਬੰਦ ਕੀਤੇ ਨੇ। ਅੱਜ ਤੁਸੀਂ ਦੇਖੋ ਹੁੰਡਲ ਸਾਹਿਬ, ਵਿਰੋਧੀ ਧਿਰ, ਔਰ ਉਸ ਟਾਈਮ ਦੀ ਹੈ ਜਿਹੜੇ ਤੁਹਾਡੇ ਵਿਰੋਧੀ ਧਿਰ ਸੀਗੇ ਔਰ ਅੱਜ ਵੀ ਜਿਹੜੇ ਤੁਹਾਡੇ ਵਿਰੋਧੀ ਧਿਰ ਨੇ, ਉਹ ਇਹ ਕਹਿੰਦੇ ਨੇ ਅਗਰ ਬਾਦਲਾਂ ਨੇ ਪੰਜਾਬ ਨੂੰ ਦਿੱਤਾ ਤਾਂ ਉਹ 5 ਮਾਫੀਆ ਦਿੱਤੇ, ਇੱਕ ਤਾਂ ਰੇਤ ਮਾਫੀਆ ਦਿੱਤਾ, ਇੱਕ ਡਰੱਗ ਮਾਫੀਆ ਦਿੱਤਾ, ਇੱਕ ਇਹਨਾਂ ਨੇ ਜਿਹੜੇ ਪੰਜਾਬ ਦੇ ਵਿੱਚ ਨਜਾਇਜ਼ ਕਬਜ਼ੇ ਹੁੰਦੇ ਸੀਗੇ ਗੁੰਡਾਗਰਦੀ ਦਾ ਜਿਹੜਾ ਮਾਫੀਆ ਹੈਗਾ ਉਹ ਮਾਫੀਆ ਦਿੱਤਾ, ਔਰ ਉਸ ਤੋਂ ਬਾਅਦ ਜਦ ਮੈਂ ਗੱਲ ਕਰ ਲੈਣਾ ਪੰਜਾਬ ਦੇ ਵਿੱਚ ਔਰ ਨਸ਼ਿਆਂ ਦੀ, ਤਾਂ ਉਹ ਸਭ ਤੋਂ ਜ਼ਿਆਦਾ ਮਾਫੀਆ ਪੰਜਾਬ ਦੇ ਵਿੱਚ ਅਗਰ ਆਇਆ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਸੀਗੀ, ਔਰ ਪੰਜਾਬ ਦਾ ਵਿਕਾਸ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਹੋਇਆ, ਗ੍ਰਾਫ ਜਿਹੜਾ ਉਹ ਗਿਰਿਆ ਹੀ ਸੀਗਾ, ਉਹ ਵਧਿਆ ਨਹੀਂ ਸੀਗਾ, ਇਸ ਕਰਕੇ ਲੋਕਾਂ ਨੇ ਤੁਹਾਨੂੰ ਨਕਾਰਿਆ, ਇਸ ਕਰਕੇ ਕਾਂਗਰਸ ਹੋਂਦ ਦੇ ਵਿੱਚ ਆਈ। ਲੇਕਿਨ ਅੱਜ ਮੈਂ ਇਸ ਗੱਲ ਨੂੰ ਜ਼ਰੂਰ ਕਹਾਂਗਾ ਕਿ ਕਾਂਗਰਸ ਵੀ ਅਕਾਲੀਆਂ ਦੇ ਹੀ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੀ ਹੈ, ਤਾਂ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ, ਲੇਕਿਨ ਤੁਹਾਡੀ ਸਰਕਾਰ ਨੇ ਵੀ ਕੋਈ ਬਹੁਤ ਹੀ ਸੋਹਣਾ ਔਰ ਬਹੁਤ ਹੀ ਵਧੀਆ ਕੰਮ ਨਹੀਂ ਕੀਤਾ ਸੀਗਾ। ਦੇਖੋ ਜੀ ਗੱਲ ਸੁਣੋ, ਸਰਕਾਰਾਂ ਜਿਹੜੀਆਂ ਨੇ ਆਪਣੇ ਲੈਵਲ ਤੇ ਸਾਰੀਆਂ ਕੰਮ ਕਰਦੀਆਂ ਨੇ, ਤੁਹਾਨੂੰ ਪਤਾ ਵੀ ਹੋਣਾ, ਜੇ ਸੜਕਾਂ ਦੀ ਗੱਲ ਕੀਤੀ ਜਾਏ, ਓਵਰ ਫਲਾਈ ਦੀ ਗੱਲ ਕੀਤੀ ਜਾਏ, ਗਰਿਆਲੇ ਦੀ ਗੱਲ ਕੀਤੀ ਜਾਏ, ਯਾਦਗਾਰਾਂ ਬਣਾਉਣੀਆਂ ਅਕਾਲੀ ਸਰਕਾਰ ਦੇ ਟਾਈਮ ਤੇ ਬਣੀਆਂ ਨੇ, ਅੱਜ ਦਰਬਾਰ ਸਾਹਿਬ ਦਾ ਗਲਿਆਰਾ ਜਿਹੜਾ ਇੰਨਾ ਖੂਬਸੂਰਤ ਅਕਾਲੀ ਸਰਕਾਰ। ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ, ਰੇਤ ਮਾਫੀਆ ਲੈ ਕੇ ਆਏ, ਡਰੱਗ ਮਾਫੀਆ ਲੈ ਕੇ ਆਏ। ਜੇ ਡਰੱਗ ਮਾਫੀਆ ਅਕਾਲੀ ਸਰਕਾਰ ਨੇ ਆਉਂਦਾ ਸੀਗਾ ਤੇ ਇਹਨਾਂ ਨੇ ਝੂਠੇ ਲਾਰੇ ਲਾ ਕੇ ਲੋਕਾਂ ਕੋਲ ਸਰਕਾਰ ਬਣਾਈ ਆ, ਤੇ ਕੀ ਅੱਜ ਹਫ਼ਤੇ ਦੇ 7 ਦਿਨ ਨੇ, 7 ਦਿਨਾਂ ਦੇ ਵਿੱਚ ਇੱਕ ਨੌਜਵਾਨ ਪੁੱਤ ਜਿਹੜਾ ਡਰੱਗ ਦੇ ਨਾਲ ਮਰ ਰਿਹਾ ਆ, 7 ਦਿਨਾਂ ਦੇ ਵਿੱਚ ਹਰ ਦਿਨ ਇੱਕ ਕਿਸਾਨ ਜਿਹੜਾ ਖੁਦਕੁਸ਼ੀ ਕਰ ਰਿਹਾ। ਉਹ ਤਾਂ ਤੁਹਾਡੇ ਟਾਈਮ 'ਚ ਵੀ ਮਰਦਾ ਸੀਗਾ, ਉਹ 'ਚ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਹੁਣ ਤੁਸੀਂ ਐਵਰੇਜ ਕੱਢ ਕੇ ਵੇਖ ਲਓ ਅਕਾਲੀ ਸਰਕਾਰ ਦੇ ਟਾਈਮ ਤੇ ਕਿੰਨੇ ਮਰੇ ਤੇ ਹੁਣ ਕਿੰਨੇ ਮਰੇ। ਮੈਂ ਅਗਰ ਫਿਗਰ ਐਂਡ ਫੈਕਟਸ ਨੂੰ ਵੀ ਸਾਹਮਣੇ ਰੱਖਣਾ ਹੁੰਦਾ ਸਾਹਿਬ, ਤਾਂ ਉਹ ਲਿਸਟ ਘੱਟ ਨਹੀਂ ਹੋਏਗੀ। ਮੈਂ ਗੱਲ ਇਹ ਕਰਨਾ ਚਾਹੁੰਦਾ, ਜਿਹੜੇ ਸਾਡੇ ਦਰਸ਼ਕ ਔਰ ਸਾਡੇ ਜਿਹੜੇ ਜਿੰਨੇ ਵੀ ਦਰਸ਼ਕ ਨੇ ਉਹ 7 ਸਮੁੰਦਰ ਪਾਰ ਬੈਠੇ ਨੇ, ਔਰ ਉਹ ਪੰਜਾਬ ਨੂੰ ਲੈ ਕੇ ਚਿੰਤਿਤ ਹਨ, ਔਰ ਉਹ ਵਚਨਬੱਧ ਵੀ ਹਨ, ਜੇਕਰ ਪੰਜਾਬ ਨੂੰ ਲੋੜ ਪਏਗੀ ਤਾਂ ਅਸੀਂ ਖੜੇ ਹਾਂ। ਲੇਕਿਨ ਆਪਾਂ ਉਹਨਾਂ ਦੇ ਉੱਤੇ ਕਿਵੇਂ ਉਮੀਦਾਂ ਜਗਾਈਏ ਕਿ ਤੁਸੀਂ ਖੜੇ ਹੋ ਜਾਂ ਫਿਰ ਸਰਕਾਰਾਂ ਖੜੀਆਂ ਹਨ, ਵਾਕਈ ਉਹ ਪੰਜਾਬ ਦੇ ਲਈ ਜਿਹੜੀ ਪਾਰਟੀਆਂ ਹਨ ਉਹ ਵੀ ਵਚਨਬੱਧ ਹਨ। ਮੈਂ ਕਹਿੰਦਾ ਮੈਂ ਇਹਨਾਂ ਬਾਹਰਲੇ ਮੁਲਕ ਦੇ ਲੋਕਾਂ ਨੂੰ ਪੰਜਾਬੀਆਂ ਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਗੱਲ ਪੁੱਛਣਾ ਕਿ ਜਦੋਂ ਪਿਛਲੇ ਟਾਈਮ ਤੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਸੀ, ਇਹਨਾਂ ਨੇ ਰੱਜ ਕੇ ਜ਼ੋਰ ਲਾਇਆ ਆਮ ਆਦਮੀ ਪਾਰਟੀ ਵਾਸਤੇ, ਔਰ ਲੋਕਾਂ ਦੀਆਂ ਕਈਆਂ ਦੀਆਂ ਕਿਸ਼ਤਾਂ ਟੁੱਟ ਗਈਆਂ, ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਫੰਡ ਦਿੱਤਾ। ਅੱਜ ਮੈਂ ਇਹ ਗੱਲ ਕਹਿੰਦਾ ਕਿ ਇਹ ਉਸ ਪਾਰਟੀ ਨੂੰ ਪੁੱਛਦੇ ਆ ਕਿ ਸਾਡਾ ਦਿੱਤਾ ਫੰਡ ਕਿੱਥੇ ਗਿਆ। ਤੁਸੀਂ ਮਾਫੀਆ ਦੀ ਗੱਲ ਕਰਦੇ ਹੋ, ਰੇਤ ਮਾਫੀਆ ਜਿੰਨਾ ਹੁਣ ਪੈਰ ਪਸਾਰ ਚੁੱਕਾ ਆ, ਉਹਦਾ ਮੇਨ ਕਾਰਨ ਆ ਕਿ ਲੋਕੀ ਹੜ੍ਹਾਂ ਦੇ ਵਿੱਚ ਡੁੱਬੇ ਨੇ। ਜੇ ਮੇਨ ਇਹਨਾਂ ਨੇ ਮਾਫੀਆ ਤੇ ਰੇਤ ਮਾਫੀਆ ਤੇ ਇਹਨਾਂ ਕੰਟਰੋਲ ਕਾਂਗਰਸ ਸਰਕਾਰ ਨੇ ਕੀਤਾ ਹੁੰਦਾ ਕਿ ਅੱਜ ਨਹਿਰਾਂ ਸੁੱਕੀਆਂ ਪਈਆਂ ਨੇ, ਇਹਨਾਂ ਨੇ ਭਾਖੜੇ ਦੇ ਸਾਰੇ ਡੈਮ ਦੇ ਵਿੱਚ ਜਿਹੜੇ ਗੇਟ ਖੋਲ੍ਹੇ ਨੇ ਲੋਕਾਂ ਨੂੰ ਰੋੜ ਕੇ ਰੱਖ ਦਿੱਤਾ। ਸਰਕਾਰ ਨੇ ਕਿਸੇ ਦੀ ਜਾ ਕੇ ਸਾਰ ਤੱਕ ਨਹੀਂ ਲਈ, ਸਿਰਫ ਗਏ ਨੇ ਤੇ ਲੋਕਾਂ ਦੇ ਅੱਥਰੂ ਪੂੰਝੇ ਨੇ। ਜਿੰਨੀਆਂ ਸਿੱਖ ਸੰਸਥਾਵਾਂ ਨੇ, ਜਿੰਨੇ ਨੌਜਵਾਨ ਲੋਕ ਨੇ ਜਿਹਨਾਂ ਕੋਲ ਸਰਦਾ ਸੀਗਾ, ਬਾਹਰਦਿਆਂ ਦੀ ਮੈਂ ਸ਼ਾਬਾਸ਼ੀ ਕਹਿੰਦਾ, ਉਹਨਾਂ ਜਾ ਕੇ ਉਹਨਾਂ ਲੋਕਾਂ ਦੀ ਸਾਰ ਲਈ ਆ ਕਿ ਇਹਨਾਂ ਨੇ। ਮੈਂ ਕੈਪਟਨ ਸਾਹਿਬ ਨੂੰ ਪੁੱਛਦਾ, ਕੈਪਟਨ ਸਾਹਿਬ ਜਵਾਬ ਦੇ ਸਕਦੇ? ਤੁਸੀਂ ਕਹਿੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਕੌਮ ਦੀ ਨੁਮਾਇੰਦਗੀ ਕਰਦੀ ਹੈ? ਬਿਲਕੁਲ ਕਰਦੀ ਜੀ। ਠੀਕ ਹੈ, ਹਾਂਜੀ, ਤੇ ਬੇਦਬੀਆ ਮਾਮਲੇ 'ਚ ਹਜੇ ਤੱਕ ਕੋਈ ਵੱਡਾ ਬਿਆਨ ਕਿਉਂ ਨਹੀਂ ਆਇਆ ਬਾਦਲ ਸਾਹਿਬ ਦਾ? ਬੇਦਬੀ ਮਾਮਲਿਆਂ 'ਚ, ਬਾਈਬਲ ਕਲਾ ਗੋਲੀ ਕਾਂਡ ਨੂੰ ਲੈ ਕੇ ਹਜੇ ਤੱਕ ਕੋਈ ਵੱਡਾ ਸਾਹਮਣੇ ਕਿਉਂ ਨਹੀਂ ਆਇਆ? ਕਿਉਂ ਨਹੀਂ ਕਿਹਾ ਕਿ ਜੋ ਹੋਇਆ ਪੰਜਾਬ ਦੇ ਲਈ ਗਲਤ ਸੀਗਾ? ਬਾਦਲ ਸਾਹਿਬ ਨੇ ਇਹ ਗੱਲ ਕਹੀ ਸੀ, ਜਿੰਨਾ ਬੇਦਬੀ ਕਰਵਾਈ ਆ
ਤੇ ਜਿਨ੍ਹਾਂ ਉਹਦਾ ਫਾਇਦਾ ਚੁੱਕਿਆ ਤੇ ਜਿਨ੍ਹਾਂ ਨੇ ਉਹਦੇ ਉੱਤੇ ਰਾਜਨੀਤੀ ਕਰਕੇ ਰੋਟੀਆਂ ਸੇਕੀਆਂ ਨੇ ਉਹਨਾਂ ਦਾ ਕੱਖ ਨਾ ਰਹੇ। ਇਹਦੋਂ ਵੱਡਾ ਬਿਆਨ ਬਾਦਲ ਸਾਹਿਬ ਕੀ ਦੇ ਸਕਦੇ ਆ? ਕਾਂਗਰਸ ਨੂੰ ਇਹ ਗੱਲ ਚੁੱਭਦੀ ਆ ਕਿ ਅਕਾਲੀ ਸਰਕਾਰ ਨੇ ਬੇਅਦਬੀ ਕਰਵਾਈ ਹੈ ਤੇ ਅੱਜ ਤੱਕ ਬੰਦੇ ਅਰੈਸਟ ਕਿਉਂ ਨਹੀਂ ਕੀਤੇ? ਅਕਾਲੀ ਸਰਕਾਰ ਦੇ ਟਾਈਮ ਤੇ 19 ਬੰਦੇ ਅਰੈਸਟ ਕੀਤੇ ਗਏ ਜਿਹੜੇ ਇਹਨਾਂ ਦੇ ਸ਼ਹਿਦੇ ਨੇ, ਜਿਨ੍ਹਾਂ ਦੇ ਵਿੱਚੋਂ ਕੁਝ ਗਵਾਹ ਐਸੇ ਸੀਗੇ ਜਿਹੜੇ ਜੇਲ੍ਹ ਦੇ ਵਿੱਚ। ਬੰਦਲ ਸਾਹਿਬ ਵਿਰੋਧੀ ਧਿਰ ਤਾਂ ਇਹ ਵੀ ਕਹਿੰਦਾ ਕਿ ਹੁਣ ਕੈਪਟਨ ਸਾਹਿਬ ਤੇ ਤੁਹਾਡੇ ਬਾਦਲ ਸਾਹਿਬ ਜਿਹੜੇ ਨੇ ਉਹ ਹੱਟੀ ਸੱਟੀ ਨੇ ਦੋਨੋਂ, ਔਰ ਦੋਨੋਂ ਜਿਹੜੇ ਨੇ ਉਹ ਫਰੈਂਡਲੀ ਮੈਚ ਖੇਡ ਰਹੇ ਨੇ। ਫਰੈਂਡਲੀ ਮੈਚ ਕਿਹੜਾ? ਕ੍ਰਿਕਟ ਦਾ ਮੈਚ ਹੈ ਕਿ ਰਾਜਨੀਤੀ ਹੈ? ਚਲੋ ਖੈਰ ਰਾਜਨੀਤੀ ਹੈ। ਮੈਨੂੰ ਇਹ ਦੱਸੋ ਕਿ ਜੇਕਰ ਤੁਹਾਡੀ ਸਰਕਾਰ ਹੁੰਦੀ ਇਹਨਾਂ ਹਾਲਾਤਾਂ ਦੇ ਉੱਤੇ ਤੁਸੀਂ ਕੀ ਕਰਦੇ, ਹੋਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਵਚਨਬੰਧ ਹੋਵੋਗੇ ਪੰਜਾਬ ਦੇ ਲਈ? ਇਫ ਪੰਜਾਬ ਵਿਲ ਗਿਵ ਯੂ ਅ ਚਾਂਸ ਐਜ਼ ਅ ਮੇਨ ਪਾਰਟੀ। ਹਾਂਜੀ ਬਿਲਕੁਲ, ਅਸੀਂ ਇਸ ਗੱਲ ਨਾਲ ਸਹਿਮਤ ਹਾਂ। ਵਾਲੀ ਸਰਕਾਰ ਜਿਹੜੀ ਪੰਜਾਬ 'ਚ ਅਕਾਲੀਆਂ ਦੀ ਬਣਦੀ ਆ ਔਰ ਬਣੇਗੀ, ਸਾਰੀਆਂ ਸਹੂਲਤਾਂ ਜਿਹੜੀਆਂ ਅਸੀਂ ਵਾਪਸ ਲੈ ਕੇ ਆਵਾਂਗੇ। ਪੰਜਾਬ ਦਾ ਆਪਣਾ ਰੈਵਨਿਊ ਆ, ਸੈਂਟਰ ਕੁਝ ਦੇ ਨਾ ਦੇ, ਪੰਜਾਬ ਦਾ ਆਪਣਾ ਰੈਵਨਿਊ ਆ, ਉਸ ਰੈਵਨਿਊ ਦੇ ਹਿਸਾਬ ਨਾਲ ਹੋਰ ਇਨਕਮ ਦੇ ਸੋਮੇ ਪੈਦਾ ਕੀਤੇ ਜਾਣਗੇ। ਬੇਰੁਜ਼ਗਾਰਾਂ ਨੂੰ ਜਿੱਦਾਂ ਇਹਨਾਂ ਨੇ ਆ ਕੇ ਖਰਾਬ ਕੀਤਾ, ਬੇਰੁਜ਼ਗਾਰਾਂ ਤੇ ਝੂਠੇ ਲਾਰੇ ਲਾ ਲਾ ਕੇ ਨੌਕਰੀਆਂ ਦੇ ਔਰ ਗੁਟਕੇ ਫੜ ਕੇ ਸਹੁੰਆਂ ਖਾਧੀਆਂ ਗੁਰੂ ਸਾਹਿਬ ਦੀਆਂ। ਹਾਂਜੀ ਅਸੀਂ ਉਹ ਕੰਮ ਨਹੀਂ ਕਰਕੇ, ਅਸੀਂ ਬੇਰੁਜ਼ਗਾਰੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕੋਸ਼ਿਸ਼ ਕਰਨਾ ਹਰ ਇਨਸਾਨ ਦਾ ਫਰਜ਼ ਹੈ। ਔਰ ਪੰਜਾਬ ਨੂੰ ਸੋਹਣਾ ਪੰਜਾਬ ਜਿਹੜਾ ਦਿਆਂਗੇ ਔਰ ਪੰਜਾਬ ਦੀ ਦਿੱਖ ਜਿਹੜੀ ਵੱਖਰੀ ਹੋਏਗੀ। ਮੈਂ ਬਾਹਰ ਬੈਠੇ ਵੀ ਸੱਜਣੋਂ ਇਹ ਬੇਨਤੀ ਕਰਾਂਗੇ, ਆਓ ਸਾਰੇ ਰਲ ਕੇ ਇਹ ਅਰਦਾਸ ਕਰੀਏ ਕਿ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਵਾਸਤੇ ਚੰਗਾ ਹੋਵੇ, ਲੋਕ ਸੁਖੀ ਵਸਣ। ਅੱਜ ਦੇ ਜੇ ਕਿਤੇ ਸ਼ਹਿਰ ਦੇ ਵਿੱਚ ਜਾਣਾ ਪਏ, 12 ਪਸ਼ੂ 12 ਕੁੱਤੇ ਇਹਨਾਂ ਤੋਂ ਡਰ ਲੱਗਦਾ, ਬੰਦਿਆਂ ਦੀ ਤਾਂ ਗੱਲ ਹੀ ਛੱਡੋ। ਅਗਰ ਜੇ ਕੋਈ ਬੰਦਾ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਇਹ ਗੱਲ ਪੁੱਛਦਾ, ਖੜਾ ਬਾਰੇ ਕੋਈ ਗੱਲ ਕਰਦਾ। ਬੰਦਲ ਸਾਹਿਬ ਤੁਸੀਂ ਬਣੇ ਰਹੋ ਸਾਡੇ ਨਾਲ, ਆਈ ਥਿੰਕ ਆਈ ਹੈਵ ਮੋਰ ਕੁਐਸਚਨਸ ਫੋਰ ਯੂ, ਆਈ ਆਸਕ ਯੂ ਫੋਰ ਦੈਟ। ਆਪਾਂ ਉਹਦੇ ਉੱਤੇ ਵੀ ਜਵਾਬ ਲਵਾਂਗੇ, ਤੁਸੀਂ ਮੇਰੇ ਨਾਲ ਬਣੇ ਰਹੋ। ਹਰਜੀਤ ਸਿੰਘ ਹੁੰਦਲ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ USA ਸਾਡੇ ਨਾਲ ਜੁੜੇ ਹੋਏ ਹਨ। ਫਿਲਹਾਲ ਮੈਨੂੰ ਇੱਥੇ ਇਜਾਜ਼ਤ ਲੈਣੀ ਪਵੇਗੀ ਤੁਹਾਡੇ ਤੋਂ ਇੱਕ ਨਿੱਕੇ ਜਿਹੇ ਬ੍ਰੇਕ ਦੀ, ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਕਰਾਂਗੇ ਇਸ ਗੱਲ ਦੇ ਉੱਤੇ ਵਿਚਾਰ ਔਰ ਰੱਖਾਂਗੇ ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਕੈਪਟਨ ਦੇ 6 ਨਵੇਂ ਸਲਾਹਕਾਰ, ਹਰ ਪਾਸੇ ਹਾਹਾਕਾਰ, ਵਿਰੋਧੀ ਧਿਰ ਕਹਿ ਰਿਹਾ ਐਨੇ ਬੇਕਾਰ। ਬ੍ਰੇਕ ਤੋਂ ਬਾਅਦ ਹਰਜੀਤ ਸਿੰਘ ਹੁੰਦਲ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ USA, ਇਹਦੇ ਉੱਤੇ ਆਪਣੇ ਵਿਚਾਰ ਰੱਖ ਰਹੇ ਸੀਗੇ ਅਤੇ ਨਾਲੇ ਦੱਸ ਰਹੇ ਸੀਗੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣ ਦੇ ਵਿੱਚ ਆਉਂਦੀ ਹੈ ਤਾਂ ਉਹ ਪੰਜਾਬ ਦੇ ਲਈ ਕਿਵੇਂ ਵਚਨਬੰਧ ਹੋਏਗੀ। ਪਹਿਲਾਂ 10 ਸਾਲ ਦਾ ਉਹਨਾਂ ਨੇ ਸੁਣਾਇਆ ਕਿ ਅਸੀਂ ਐਹ ਕੀਤਾ, ਹੁਣ ਜੇਕਰ ਅਸੀਂ ਪੰਜਾਬ ਦੇ ਵਿੱਚ ਵਾਪਸੀ ਕਰਦੇ ਹਾਂ ਤਾਂ ਅਸੀਂ ਐਹ ਕਰਾਂਗੇ। ਜੀ ਹੁੰਦਲ ਸਾਹਿਬ। ਹਾਂਜੀ ਮੈਂ ਦੁਬਾਰਾ ਤੁਹਾਡਾ ਧੰਨਵਾਦ ਕਰਦਾ, ਤੁਸੀਂ ਮੈਨੂੰ ਰੂਬਰੂ ਕੀਤਾ ਹੈ। ਗੱਲ ਹੋ ਰਹੀ ਸੀ ਸਰਕਾਰਾਂ ਦੀ, ਸਰਕਾਰਾਂ ਨੇ, ਹੁਣ ਮੈਂ ਬਾਦਲ ਸਾਹਿਬ ਦੀ ਗੱਲ ਕਰਾਂ। ਬਾਦਲ ਸਾਹਿਬ ਇੱਕ ਐਸੇ ਨੇਤਾ ਨੇ ਜਿਹਦਾ ਹਮੇਸ਼ਾ ਹੀ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਦੇ ਅਤੀਤ ਦੀ ਗੱਲ ਕੀਤੀ ਹੈ। ਜੇ ਪਾਣੀਆਂ ਦੀ ਗੱਲ ਹੋਈ ਆ ਤੇ ਕੈਪਟਨ ਸਰਕਾਰ ਦੇ ਉੱਤੇ ਜਦੋਂ ਨਹਿਰ ਕੱਢੀ ਗਈ SYL ਹਰਿਆਣੇ ਨੂੰ, ਉਦੋਂ ਪੰਜਾਬ ਦੀ ਸਰਕਾਰ ਨੇ ਚਾਂਦੀ ਦੀ ਕਹੀ ਤੇ ਚਾਂਦੀ ਦਾ ਬਾਲਟਾ ਦੇ ਕੇ ਇੰਦਰਾ ਗਾਂਧੀ ਕੋਲ ਟੱਕ ਲਵਾਇਆ। ਅੱਜ ਇਹ ਗੱਲ ਕਰਦੇ ਆ ਨਹਿਰ ਦੀ ਜਾਂ ਪਾਣੀਆਂ ਦੀ, ਕਿ ਪਿਛਲੀ ਵਾਰ ਇਹਨਾਂ ਨੇ ਉਹ ਬਿੱਲ ਪਾਸ ਕੀਤਾ ਕਿ ਪਾਣੀ ਨਹੀਂ ਦਿੱਤਾ ਜਾਏਗਾ। ਹੁਣ ਦੇਖੋ ਕੀ ਬਣਦਾ, ਆਉਣ ਵਾਲਾ ਸਮਾਂ ਜਿਹੜਾ ਬਹੁਤ ਛੇਤੀ ਆ, ਉਦੋਂ ਵੀ ਇਹ ਪੰਜਾਬੀਆਂ ਦਾ ਇਮਤਿਹਾਨ ਹੋਏਗਾ। ਪਾਣੀ ਬਿਲਕੁਲ ਇੱਕ ਇਹ ਵਚਨਬੰਧ ਆ ਸ਼੍ਰੋਮਣੀ ਅਕਾਲੀ ਦਲ ਕੇ, ਪੰਜਾਬ ਦਾ ਪਾਣੀ ਇੱਕ ਬੂੰਦ ਵੀ ਜਿਹੜਾ ਦੂਜਿਆਂ ਸਟੇਟਾਂ ਨੂੰ ਨਹੀਂ ਦਿੱਤਾ ਜਾਏਗਾ। ਪਰ ਮੈਨੂੰ ਇੱਕ ਗੱਲ ਦੀ ਇਹ ਸਮਝ ਨਹੀਂ ਆਈ, ਅੱਜ ਤੱਕ ਜੇ ਡਰੱਗ ਦੀ ਤੁਸੀਂ ਗੱਲ ਕੀਤੀ ਸੀ ਤੇ ਕਿਹੜਾ ਡਰੱਗ ਦਾ ਇਹਨਾਂ ਨੇ ਧੰਦਾ ਪੰਜਾਬ ਦੇ ਵਿੱਚੋਂ ਬੰਦ ਕਰਵਾਤਾ? ਇਹਨਾਂ ਦੀ ਪੁਲਿਸ ਦੇ ਖੁਦ ਡਰੱਗ ਖਾਂਦੀ ਫੜੀ ਗਈ ਹੈ, ਗਲੀ ਗਲੀ ਦੇ ਵਿੱਚ ਡਰੱਗ ਵਿਕਦੀ ਆ। ਨਾਂ ਲਾਇਆ ਜਾਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ, ਬੇਅਦਬੀ ਦੇ ਵਿੱਚ ਹੁਣ ਤੱਕ ਕਿੰਨੇ ਗੁਟਕਾ ਸਾਹਿਬ ਤੇ ਕਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ ਬੇਅਦਬੀਆਂ ਹੋਈਆਂ ਨੇ। ਇਹਨਾਂ ਨੇ ਇੱਕ ਬੰਦੇ ਦੀ ਸ਼ਨਾਖਤੀ ਕੀਤੀ, ਨਾ ਇਹਨਾਂ ਦੇ ਕੰਨ ਤੇ ਜੂਨ ਛੱਤੀ ਆ। ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਫੜੇ ਗਏ ਸੀ, ਇਹ ਵੀ ਜੇਲ੍ਹਾਂ ਦੇ ਵਿੱਚ ਮਾਰੇ ਗਏ ਨੇ, ਉਹ ਵੀ ਕਿਸੇ ਸਾਜਿਸ਼ ਦੇ ਅਧੀਨ ਤੇ ਮਾਰੇ ਗਏ। ਦੂਜੀ ਗੱਲ ਆਪਾਂ ਕਰੀਏ ਕਿ ਆਉਣ ਵਾਲੀ ਸਰਕਾਰ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਕੀ ਨਵੇਂ ਸੋਮੇ ਪੈਦਾ ਕਰੇਗੀ, ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਸਰਦਾਰ ਕਬੀਰ ਸਿੰਘ ਬਾਦਲ ਦੀ ਆਪਣੀ ਸੋਚ ਹੈ, ਉਹ ਹਮੇਸ਼ਾ ਕੀ ਸੋਚ ਆ ਉਹਨਾਂ ਦੀ, ਆਪਣੀ ਸੋਚ ਚੰਗੀ ਸੋਚ ਨਾਲ ਹਮੇਸ਼ਾ ਹੀ ਪੰਜਾਬ ਦੀ ਤਰੱਕੀ ਦੀ ਉਹ ਗੱਲ ਕਰਦੇ ਨੇ। ਅੱਛਾ ਸਿਮਰਜੀਤ ਕੌਰ ਬਾਦਲ ਜੀ ਨੇ ਬਠਿੰਡਾ ਦੇ ਵਿੱਚ ਜਿਹੜਾ ਪ੍ਰੋਜੈਕਟ ਆਂਦਾ
ਕੈਪਟਨ ਸਰਕਾਰ ਨੇ ਉਹਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਦੀ ਆਪਣੀ ਹਿੰਮਤ ਆ ਕਿ ਉਹ ਕੋਰਸ ਪ੍ਰੋਜੈਕਟ ਜਿਹੜੇ ਉਹਦੇ ਚਾਲੂ ਹੋ ਗਏ ਨੇ, ਜਿਹਦੇ ਵਿੱਚ ਕੁਝ ਮੈਡੀਕਲ ਦੇ ਵਿਦਿਆਰਥੀਆਂ ਦੀਆਂ ਐਡਮਿਸ਼ਨਾਂ ਵੀ ਹੋ ਗਈਆਂ। ਇਸ ਤਰ੍ਹਾਂ ਹਰ ਸੂਬੇ ਦੇ ਹਰ ਸ਼ਹਿਰ ਦੇ ਵਿੱਚ ਚੰਗੇ ਪ੍ਰੋਜੈਕਟ ਲਿਆਂਦੇ ਜਾਣਗੇ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਔਰ ਜਿਹੜੇ ਬਿੱਲ ਬਿਜਲੀ ਦੇ ਇਹਨਾਂ ਨੇ ਲਾਏ ਨੇ, ਜਦੋਂ ਕਿ ਪੰਜਾਬ ਸਰਕਾਰ 'ਚ ਅਕਾਲੀ ਸਰਕਾਰ ਦੇ ਟਾਈਮ 'ਤੇ ਬਿਜਲੀ ਸਰਪਲਸ ਸੀਗੀ, ਹੁਣ ਬਿਜਲੀ ਵੀ ਬੰਦ ਰਹਿੰਦੀ ਆ, ਚੋਣ ਦੇ ਘੰਟਿਆਂ ਦੇ ਵਿੱਚ ਬਿਜਲੀ ਦਿੱਤੀ ਜਾਂਦੀ ਆ, ਬਿਜਲੀ ਵੀ ਨਿਰੰਤਰ ਦਿੱਤੀ ਜਾਏਗੀ, ਔਰ ਬਿੱਲ ਵੀ ਜਿਹੜੇ ਆ ਉਹ ਕਿਸਾਨਾਂ ਦੇ ਜ਼ਿਮੀਦਾਰਾਂ ਦੇ ਮਾਫ਼ ਕੀਤੇ ਜਾਣਗੇ, ਕਰਜ਼ੇ ਜਿੱਥੋਂ ਤੱਕ ਕਰਜ਼ਿਆਂ ਦੀ ਗੱਲ ਆ, ਕਾਂਗਰਸ ਸਰਕਾਰ ਨੇ ਜ਼ਿਮੀਦਾਰਾਂ ਨਾਲ ਵਾਅਦਾ ਕੀਤਾ ਸੀਗਾ, ਇੱਕ ਵੀ ਕਿਸੇ ਚੰਗੇ ਬੰਦੇ ਦਾ, ਇੱਕ ਵੀ ਕਿਸੇ ਜ਼ਿਮੀਦਾਰ ਦਾ ਕਰਜ਼ਾ ਜੇ ਮਾਫ਼ ਹੋਇਆ ਹੁੰਦਾ ਤੇ ਖੁਦਕੁਸ਼ੀਆਂ ਨਾ ਹੁੰਦੀਆਂ। ਐਵਰੀ ਡੇ ਐਵਰੀ ਵੀਕ ਜ਼ਿਮੀਦਾਰ ਜਿਹੜੇ ਨੇ ਖੁਦਕੁਸ਼ੀਆਂ ਕਰ ਰਹੇ ਨੇ। ਅਸੀਂ ਕੋਸ਼ਿਸ਼ ਕਰਾਂਗੇ, ਸਾਡੀ ਸਰਕਾਰ ਇਹ ਕੋਸ਼ਿਸ਼ ਕਰੇਗੀ ਕਿ ਇਹਨਾਂ ਖੁਦਕੁਸ਼ੀਆਂ ਤੇ ਰੋਕ ਵੱਧ ਤੋਂ ਵੱਧ ਲਾਈ ਜਾਏ, ਉਹਨਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ, ਜ਼ਿਮੀਦਾਰ ਨੂੰ ਜ਼ਿਮੀਦਾਰ ਦੀ ਤਰ੍ਹਾਂ ਉਹਨਾਂ ਦੇ ਆਪਣੇ ਅਨਾਜ ਦੀ ਚੰਗੀ ਕੀਮਤ ਉਹਨਾਂ ਨੂੰ ਅਦਾ ਕੀਤੀ ਜਾਣ। ਠੀਕ ਹੈ ਜੀ, ਪਹਿਲੀ ਗੱਲ ਤੁਸੀਂ ਕੀਤੀ ਕਿ ਸੁਖਬੀਰ ਬਾਦਲ ਹੋਰਾਂ ਦੀ ਸੋਚ ਬਹੁਤ ਵਧੀਆ ਹੈਗੀ ਹੈ ਅਤੇ ਉਹ ਸੋਚ ਪੰਜਾਬ ਦੇ ਵਿੱਚ ਲੈ ਕੇ ਆਉਣਗੇ, ਇਸ ਕਰਕੇ ਲੋਕ ਤੁਹਾਨੂੰ ਵੋਟ ਦੇਣ। ਲੋਕਾਂ ਦੀ ਵੀ ਸਹਿਮਤੀ ਲੈ ਲੈਣੇ, ਜਿਹੜੇ ਦਰਸ਼ਕ ਇਸ ਟਾਈਮ ਮੈਨੂੰ ਵੇਖ ਰਹੇ ਨੇ ਉਹਨਾਂ ਨੂੰ ਸੁਖਬੀਰ ਬਾਦਲ ਹੋਰਾਂ ਦੀ ਸੋਚ ਕਿਵੇਂ ਲੱਗਦੀ ਹੈ, ਜੇਕਰ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਵਿਕਲਪ ਹੈ ਤਾਂ ਤੁਸੀਂ ਕਿਹਾ ਹੁੰਦਲ ਸਾਹਿਬ ਉਹ ਸੁਖਬੀਰ ਬਾਦਲ ਹੈ, ਰਾਈਟ? ਹਾਂਜੀ, ਠੀਕ ਹੈ, ਲੋਕਾਂ ਦੀ ਸਹਿਮਤੀ ਲੈ ਲੈਂਦੇ, ਹੁਣੇ ਸਾਨੂੰ ਫੋਨ ਕਰਕੇ ਦੱਸਣਗੇ ਜ਼ਰੂਰ ਕਿ ਉਹਨਾਂ ਨੂੰ ਕੀ ਲੱਗਦਾ। ਔਰ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਤੁਸੀਂ ਨਸ਼ਾ ਖਰਾਬ ਜਿਹੜਾ ਨਸ਼ਾ ਬੰਦ ਦੀ ਮੁਹਿੰਮ ਸ਼ੁਰੂ ਕੀਤੀ ਸੀਗੀ, ਨਾ ਕਿ ਨਸ਼ਾ ਉੱਥੇ ਉਹਨੂੰ ਉਜਾਗਰ ਕਰਨ ਦੀ ਨਾ ਕਰਕੇ, ਤੁਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਏ, ਇਹੀ ਕਹਿ ਰਹੇ ਹੋ ਤੁਸੀਂ? ਲੋਕਾਂ ਦੀ ਸਹਿਮਤੀ ਇਸ ਦੇ ਉੱਤੇ ਵੀ ਲੈ ਲੈਂਦੇ ਹਾਂ। ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਤੁਸੀਂ ਹਰ ਗਰੀਬ ਵਰਗ ਨੂੰ ਬਿਜਲੀ ਮੁਹੱਈਆ ਕਰਾਈ ਔਰ 24 ਘੰਟੇ ਉੱਥੇ ਬਿਜਲੀ ਰਹਿੰਦੀ ਸੀਗੀ। ਬਿਲਕੁਲ ਜੀ, ਇਹ ਕਹਿੰਦੇ ਆ। ਚਲੋ ਉਹ ਵੀ ਲੋਕਾਂ ਤੋਂ ਅਸੀਂ ਹੁਣੇ ਲੈ ਲਾਂਗੇ ਜਵਾਬ। ਤੁਸੀਂ ਕਿਹਾ ਕਿ ਤੁਸੀਂ ਪੰਜਾਬ ਦਾ ਖਜ਼ਾਨਾ ਭਰ ਕੇ ਗਏ ਸੀਗੇ, ਕੈਪਟਨ ਅਮਰਿੰਦਰ ਸਿੰਘ ਨੇ ਖਾਲੀ ਕਰਤਾ। ਬਿਲਕੁਲ, ਅਸੀਂ ਕਹਿੰਦੇ ਆ ਜੀ ਕੈਪਟਨ ਅਮਰਿੰਦਰ ਸਿੰਘ ਨੇ ਖਜ਼ਾਨਾ ਖਾਲੀ ਕੀਤਾ ਆ, ਔਰ ਉਹਦੇ ਜਿਹੜੇ ਅਹਿਲਕਾਰ ਆ ਤੁਸੀਂ ਆਪ ਵੀ ਦੇਖ ਲਓ ਕਿੰਨੀ ਰਿਸ਼ਵਤਖੋਰੀ ਹੈ ਪੰਜਾਬ ਦੇ ਵਿੱਚ। ਜਿਹੜਾ ਵੀ ਕੋਈ ਕੰਮ ਹੁੰਦਾ ਰਿਸ਼ਵਤ ਤੋਂ ਬਗੈਰ ਹੋ ਨਹੀਂ ਰਿਹਾ, ਔਰ ਲੋਕਾਂ 'ਚ ਹਾਹਾਕਾਰ ਮਚੀ ਆ, ਗੁੰਡਾਗਰਦੀ ਇੰਨੀ ਆ, ਗਲੋਬਲ ਟੀਵੀ ਜਿਹੜਾ ਆਨਲਾਈਨ ਚੱਲਦਾ ਉਹ ਤੇ ਉਹਨਾਂ ਦੇ ਐਂਕਰ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਘੋਖ ਕਰਕੇ ਦੇਖੋ ਕਿ ਪੰਜਾਬ ਦੇ ਵਿੱਚ ਜਿਹਨਾਂ ਨੇ ਬੇਅਦਬੀਆਂ ਕਰਵਾਈਆਂ ਉਹਨਾਂ ਨੇ ਉਹਦੇ ਫਾਇਦੇ ਲਏ, ਤੇ ਜਿਹੜੇ ਇਸ ਵੇਲੇ ਰਾਜ ਤੇ ਬੈਠੇ ਨੇ ਜਿਹਨਾਂ ਨੇ ਫਾਇਦੇ ਲਏ ਬੇਅਦਬੀਆਂ ਉਹਨਾਂ ਕਰਵਾਈਆਂ, ਝੂਠਾ ਪ੍ਰਚਾਰ ਕਰਕੇ ਮੈਂ ਆਨਲਾਈਨ ਆਨਲਾਈਨ ਚੈਨਲਾਂ ਦੇ ਉੱਤੇ ਹੋਏ ਜਿਹੜੇ ਆਨਲਾਈਨ ਚੈਨਲ ਚੱਲਦੇ ਹਨ ਉਹਨਾਂ ਨੂੰ ਉਹਨਾਂ ਦੇ ਰੈਲੇਵੈਂਸ ਉਹ ਕੀ ਬੋਲਦੇ ਹਨ ਉਹ ਅਸੀਂ ਨਹੀਂ ਲੈ ਕੇ ਆਉਣਾ ਚਾਹੁੰਦੇ, ਅਸੀਂ ਫੈਕਟਸ ਦੇ ਉੱਤੇ ਗੱਲ ਕਰਦੇ ਹਾਂ। ਤੁਹਾਡੇ ਕੋਲ ਕੀ ਫੈਕਟਸ ਹਨ ਕਿ ਤੁਸੀਂ ਪੰਜਾਬ ਦੇ ਵਿੱਚ ਇਹ ਕੀਤਾ? ਹੁੰਦਲ ਸਾਹਿਬ ਜਾਈਏ ਲੋਕਾਂ ਦੇ ਸਾਹਮਣੇ, ਹੁਣ ਲੋਕੀ ਹਾਹਾਕਾਰ, ਹੁਣ ਲੋਕੀ ਬਾਦਲ ਸਾਹਿਬ ਨੂੰ ਅਕਾਲੀ ਸਰਕਾਰ ਨੂੰ ਯਾਦ ਕਰਦੇ ਨਾ, ਔਰ ਉਹਨਾਂ ਦਾ ਸਮਾਂ ਜਿਹੜਾ ਆ ਤੇ ਇਹ ਲੋਕਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਅਗਰ ਜੇ ਬਚਣਾ, ਜੇ ਅਗਰ ਪੰਜਾਬ ਨੂੰ ਬਚਾਉਣਾ ਜੇ ਤੇ ਕਾਂਗਰਸ ਤੋਂ ਖੜਾ ਛਡਾਉਣਾ ਪਏਗਾ ਤਾਂ, ਔਰ ਅਕਾਲੀ ਲੈ ਕੇ ਆਓ ਕਾਂਗਰਸ ਹਟਾਓ, ਅਕਾਲੀ ਲੈ ਕੇ ਆਓ ਕਾਂਗਰਸ ਹਟਾਓ, ਇਹਦਾ ਨਾਰਾ। ਠੀਕ ਹੈ, ਅਕਾਲੀ ਕਿਹੜੀ ਜਾਦੂ ਦੀ ਛੜੀ ਲੈ ਕੇ ਆਉਣਗੇ ਜਿਹੜੇ ਪੰਜਾਬ ਨੂੰ ਵਧੀਆ ਕਰ ਦੇਣਗੇ? ਅਕਾਲੀਆਂ ਨੇ ਜਾਦੂ ਦੀ ਛੜੀ ਤਾਂ ਤੁਸੀਂ ਪਹਿਲਾਂ ਵੀ ਦੇਖ ਲਈ ਆ, ਜਿਹੜਾ ਰੈਵਨਿਊ ਲਿਆਂਦਾ ਆ ਪੰਜਾਬ ਦੇ ਵਿੱਚ, ਜਿੰਨੇ ਸੋਮੇ ਪੈਦਾ ਕੀਤੇ ਸੀਗਾ, ਜਿੰਨੀਆਂ ਯਾਦਗਾਰਾਂ ਬਣਾਈਆਂ ਸੀ, ਉਹ ਛਵੀ ਉਹ ਜਾਦੂ ਦੀ ਛੜੀ ਕਹਿ ਲਓ ਜਾਂ ਉਹਨਾਂ ਦੀ ਆਪਣੀ ਮਿਹਨਤ ਕਹਿ ਲਓ ਜਾਂ ਚੰਗੀ ਸੋਚ ਕਹਿ ਲਓ। ਔਰ ਹੁੰਦਲ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਯਾਦਗਾਰਾਂ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਪੰਜਾਬ ਦੇ ਵਿੱਚ ਬੱਚਿਆਂ ਦਾ ਭਵਿੱਖ ਹੈ? ਸਿੱਖਿਆ ਦੇ ਵਿੱਚ ਪੈਸੇ ਲਾਏ ਹੁੰਦੇ, ਸਕੂਲਾਂ ਦੇ ਵਿੱਚ ਬੈਂਚ ਦਿੱਤੇ ਹੁੰਦੇ, ਸਕੂਲਾਂ ਦੀ ਬਿਲਡਿੰਗ ਨੂੰ ਮੁਰੰਮਤ ਕੀਤੀ ਹੁੰਦੀ, ਉਸ ਤੋਂ ਬਾਅਦ ਹਸਪਤਾਲ ਜਿਹੜੇ ਹਸਪਤਾਲਾਂ ਦਾ ਉੱਥੇ ਹਾਲ ਹੈ ਉਹਦੇ ਮਿਆਰ ਨੂੰ ਵਧਾਇਆ ਹੁੰਦਾ, ਤੁਹਾਨੂੰ ਲੱਗਦਾ ਜਿਹੜੀ ਬੇਸਿਕ ਨੈਸੈਸਿਟੀ ਹੈ ਪੰਜਾਬ ਦੇ ਵਿੱਚ ਉਹਦੇ ਉੱਤੇ ਤੁਹਾਨੂੰ ਪੈਸਾ ਖਰਚ ਕਰਨਾ ਚਾਹੀਦਾ ਸੀਗਾ? ਯੂ ਇਨਵੈਸਟਿਡ ਯੋਰ ਮਨੀ ਬਾਬਾ ਬੰਦਾ ਸਿੰਘ ਮੈਮੋਰੀਅਲ, ਯੂ ਇਨਵੈਸਟਿਡ ਯੋਰ ਮਨੀ ਫੋਰ ਸਮ ਅਦਰ ਪ੍ਰੋਜੈਕਟਸ ਜਿੱਥੇ ਲੋੜ ਨਹੀਂ ਸੀਗੀ, ਅੱਜ ਉਹਨਾਂ ਦਾ ਹਾਲਾਤ ਬਦਤਰ ਹੋਏ ਪਏ ਨੇ। ਅਗਰ ਜੇ ਉਹੀ ਪੈਸਾ ਬੱਚਿਆਂ ਦੇ ਉੱਤੇ ਯੂਜ਼ ਹੋਇਆ ਹੁੰਦਾ, ਬਜ਼ੁਰਗਾਂ ਦੇ ਉੱਤੇ ਯੂਜ਼ ਹੋਇਆ ਹੁੰਦਾ, ਕਿਸਾਨਾਂ ਦੇ ਉੱਤੇ ਯੂਜ਼ ਹੋਇਆ ਹੁੰਦਾ, ਤਾਂ ਅੱਜ ਪੰਜਾਬ ਦਾ ਭਵਿੱਖ ਹੋਰ ਵਧੀਆ ਹੁੰਦਾ। ਮੈਂ ਤੁਹਾਨੂੰ ਸਵਾਲ ਕਰਨਾ
ਮੈਂ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਬੰਦਾ ਬਹਾਦਰ ਸਿੱਖ ਕੌਮ ਦਾ ਜਰਨੈਲ ਸੀਗਾ ਉਹਦੀ 110% ਮੈਂ ਮੰਨਦਾ ਇਸ ਗੱਲ ਦੇ ਵਿੱਚ ਕੋਈ ਦੁਹਰਾਵਾ ਨਹੀਂ ਕਿ ਉਹ ਜਰਨੈਲ ਨਹੀਂ ਸੀਗੇ ਪਰ ਮੇਰਾ ਕਹਿਣ ਦਾ ਭਾਵ ਹੈ ਕਿ ਜੇਕਰ ਉਹ ਪੈਸੇ ਬੇਸਿਕ ਨੈਸੈਸਿਟੀ ਦੇ ਉੱਤੇ ਲਾਏ ਹੁੰਦੇ ਤਾਂ ਅੱਜ ਪੰਜਾਬ ਦਾ ਭਵਿੱਖ ਨੰਬਰ 1 ਬਣਿਆ ਹੁੰਦਾ ਔਰ ਉਹ ਸੂਬਾ ਨੰਬਰ 1 ਬਣਿਆ ਹੁੰਦਾ ਭਾਰਤ ਦੇ ਵਿੱਚ ਤੁਸੀਂ ਕਿਹੜੀ ਗੱਲਾਂ ਕਰ ਰਹੇ ਹੋ ਹੁੰਦਲ ਸਾਹਿਬ ਮੈਂ ਗੱਲ ਨੂੰ ਬਿਲਕੁਲ ਨਹੀਂ ਕਹਿ ਰਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਕੌਮ ਦੇ ਜਰਨੈਲ ਨਹੀਂ ਸੀਗੇ ਬਿਲਕੁਲ ਸੀਗੇ ਬਟ ਮੈਂ ਚਾਹੁੰਦਾ ਸੀਗਾ ਕਿ ਤੁਹਾਡੇ ਜਿਹੜੇ ਪੈਸੇ ਕਮਾਏ ਹੋਏ ਸੀਗੇ ਜਿਹੜੇ ਤੁਸੀਂ ਲੋਕਾਂ ਦੇ ਟੈਕਸ ਤੋਂ ਪੈਸੇ ਲਿੱਤੇ ਨੇ ਉਹ ਪੈਸੇ ਕਿਸੇ ਵਧੀਆ ਜਗ੍ਹਾ ਤੇ ਲਾਉਂਦੇ ਔਰ ਮੈਨੂੰ ਇਹ ਗੱਲ ਦੱਸੋ ਤੁਹਾਡੇ ਕੋਲ ਕੀ ਸਬੂਤ ਹੈ ਵੀ ਲੋਕਾਂ ਦਾ ਚੋਰੀ ਕਰਕੇ ਟੈਕਸ ਜਿਹੜਾ ਉਹਨਾਂ ਯਾਦਗਾਰਾਂ ਬਣਾਈ ਮੈਂ ਤੁਹਾਨੂੰ ਟੁੱਲੀ ਹੈ ਇਹ ਗੱਲ ਕਹਿ ਨਹੀਂ ਰਹੀ ਲੋਕਾਂ ਦਾ ਟੈਕਸ ਚੋਰੀ ਕਰਕੇ ਲੋਕਾਂ ਨੇ ਟੈਕਸ ਤਾਂ ਤੁਹਾਨੂੰ ਭਰਿਆ ਉਸ ਟੈਕਸ ਦਾ ਪੈਸਾ ਤੁਸੀਂ ਵਧੀਆ ਜਗ੍ਹਾ ਤੇ ਯੂਟੀਲਾਈਜ਼ ਕੀਤਾ ਹੁੰਦਾ ਹੁੰਡਲ ਸਾਹਿਬ ਅੱਜ ਭਵਿੱਖ ਕਿਸੇ ਹੋਰ ਪਾਸੇ ਗੱਲ ਕਰ ਰਿਹਾ ਹੁੰਦਾ ਪੰਜਾਬ ਦਾ ਕਿਹੜੀ ਗੱਲਾਂ ਕਰ ਰਹੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਕੀ ਹਿਸਟਰੀ ਦੱਸੋਗੇ ਯਾਦਗਾਰਾਂ ਨਾਲ ਅੱਜ ਤੁਸੀਂ ਮੈਮੋਰੀਅਲ ਬਣਾ ਕੇ ਕਿਹੜੀ ਹਿਸਟਰੀ ਦੱਸ ਰਹੇ ਹੋ ਇਹ ਹਿਸਟਰੀ ਕਿਤਾਬਾਂ ਦੇ ਵਿੱਚ ਦੱਸੀ ਹੁੰਦੀ ਇਹੀ ਹਿਸਟਰੀ ਲੋਕਾਂ ਦੇ ਵਿੱਚ ਜਾ ਕੇ ਦੱਸੀ ਹੁੰਦੀ ਇਹੀ ਹਿਸਟਰੀ ਸਕੂਲਾਂ ਦੇ ਵਿੱਚ ਇੱਕ ਐਕਟਿੰਗ ਪਲੇ ਕਰਕੇ ਦੱਸੀ ਹੁੰਦੀ ਤਾਂ ਇੱਕ ਗੱਲ ਸਮਝ ਆਉਂਦੀ ਕਿ ਹਾਂ ਵਾਕਈ ਪ੍ਰਚਾਰ ਹੋਇਆ ਚਲੋ ਹੁੰਦਲ ਸਾਹਿਬ ਇਸ ਗੱਲ ਦਾ ਜਵਾਬ ਅਸੀਂ ਆਪਣੇ ਦਰਸ਼ਕਾਂ ਤੋਂ ਲੈ ਲਾਂਗੇ ਉਹ ਬੜੇ ਸੂਝਵਾਨ ਨੇ ਇੰਟੈਲੀਜੈਂਟ ਨੇ ਜਿਹੜੀਆਂ ਨਹੀਂ ਮੈਂ ਤੁਸੀਂ ਮੈਨੂੰ ਜਵਾਬ ਦਿਓ ਜੇ ਯਾਦਗਾਰਾਂ ਬਣਾਈਆਂ ਨੇ ਸਿੱਖ ਕੌਮ ਦੀਆਂ ਤੇ ਗਲਤ ਕੀਤਾ ਗਿਆ ਆ ਇਹਦਾ ਮਤਲਬ ਤੁਸੀਂ ਹੁੰਦਲ ਸਾਹਿਬ ਮੈਂ ਜੋ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜੋ ਗੱਲ ਕਹਿਣਾ ਚਾਹ ਰਹੇ ਤੁਸੀਂ ਉਸ ਗੱਲ ਦੇ ਉੱਤੇ ਨਹੀਂ ਆ ਰਹੇ ਆਈ ਐਮ ਸੇਇੰਗ ਕਿ ਜੇਕਰ ਤੁਸੀਂ ਬਣਾਈਆਂ ਇਹ ਬੇਸਿਕ ਨੈਸੈਸਿਟੀ ਨੂੰ ਪਹਿਲਾਂ ਪੂਰਾ ਕਰਦੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਯਾਦਗਾਰਾਂ ਬਣਾਉਂਦੇ ਬੇਸਿਕ ਨੈਸੈਸਿਟੀ ਹਜੇ ਵੀ ਉੱਥੇ ਦੀ ਉੱਥੇ ਪਈ ਹੈ ਤੁਹਾਡੇ ਤੁਸੀਂ ਕਿਹਾ ਕਿ ਕਿਸਾਨ ਨੱਚਦਾ ਸੀਗਾ ਭੰਗੜੇ ਪਾਉਂਦਾ ਸੀਗਾ ਤੁਹਾਡੇ ਟਾਈਮ 'ਚ ਕਿੱਥੇ ਪਾਉਂਦਾ ਸੀਗਾ ਤੁਸੀਂ ਆਪ ਦੱਸੋ 2014 ਦੀ ਮੇਰੇ ਕੋਲ ਰਿਪੋਰਟ ਪਈ ਹੈ 2014 ਦੀ 10,000 ਕਿਸਾਨ ਨੇ ਤੁਹਾਡੇ 5 ਸਾਲਾਂ ਦੇ ਵਿੱਚ ਖੁਸ਼ਖੁਸ਼ੀ ਕੀਤੀ ਹੈ ਤੁਸੀਂ ਕਿਹੜੀ ਗੱਲ ਕਰ ਰਹੇ ਹੋ 10,000 ਕਿਸਾਨ 10,000 ਕਿਸਾਨ ਮਰਿਆ ਸਿੱਖਿਆ ਦਾ ਮਿਆਰ ਥੱਲੇ ਗਿਆ ਉਹ ਤੋਂ ਬਾਅਦ ਹਸਪਤਾਲਾਂ ਦਾ ਮਿਆਰ ਥੱਲੇ ਗਿਆ ਕਿਹੜੀ ਅਕਾਲੀਆਂ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜੇ ਉਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਹੋ ਜੋ ਕਿ ਸਿੱਖ ਕੌਮ ਦੇ ਪਹਿਰੇਦਾਰ ਦੱਸਦੇ ਹਨ ਅੱਜ ਤੁਹਾਡੇ ਹੱਥਾਂ ਦੇ ਹਿਸਾਬ ਨਾਲ ਮੈਂ ਵੇਖ ਸਕਦਾ ਤੁਹਾਡੀ ਗੱਲ ਤੋਂ ਵੇਖ ਸਕਦਾ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਹੈ ਉਹਦੇ ਜਿਹੜੇ ਜਥੇਦਾਰ ਨੇ ਉਹ ਤੱਕ ਸਲਾਮੀ ਠੋਕਦੇ ਹਨ ਬਾਦਲ ਦੀ ਤੁਸੀਂ ਕਿਹੜੀ ਕੌਮ ਦੀ ਗੱਲ ਕਰ ਰਹੇ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਯਾਦਗਾਰਾਂ ਬਣਾਈਆਂ ਬੇਸਿਕ ਨੈਸੈਸਿਟੀ ਬੇਸਿਕ ਸਹੂਲਤਾਂ ਉਹ ਵੀ ਪੂਰੀਆਂ ਨਹੀਂ ਹੋਈਆਂ ਹੁੰਦਲ ਸਾਹਿਬ ਮੈਂ ਗੱਲ ਕਹਿੰਦਾ ਕਿ ਤੁਸੀਂ ਉਹ ਭਾਸ਼ਾ ਬੋਲਦੇ ਜਿਹੜੀ ਸੰਧੂ ਨੇ ਕਹੀ ਚਿੱਟੇ ਹਾਥੀ ਤੁਸੀਂ ਉਸ ਭਾਸ਼ਾ ਦੇ ਪਿੱਛੇ ਲੱਗੇ ਹੋ ਯਾਦਗਾਰਾਂ ਬਣਾ ਕੇ ਪਿੱਛੇ ਹੋ ਗਏ ਅੱਜ ਤੁਹਾਡੀ ਜ਼ਿੰਮੇਵਾਰੀ ਇਹ ਨਹੀਂ ਸੀਗੀ ਕਿ ਬੱਚਿਆਂ ਨੂੰ ਉੱਥੇ ਲਿਆਇਆ ਜਾਵੇ ਬੱਚਿਆਂ ਨੂੰ ਉਹਨਾਂ ਯਾਦਗਾਰਾਂ ਦੇ ਵਿੱਚ ਪਹੁੰਚਾਇਆ ਜਾਵੇ ਦੱਸਿਆ ਜਾਵੇ ਤੁਸੀਂ ਤਾਂ ਸਾਰੇ ਹੱਥ ਖੜੇ ਕਰਕੇ ਪਿੱਛੇ ਬਹਿ ਗਏ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕਰਨਗੇ ਦਿਸ ਇਜ਼ ਯੂਅਰ ਪੋਲਿਟਿਕਸ ਮੌਜੂਦਾ ਸਰਕਾਰ ਕੀ ਦੀਆ ਮੌਜੂਦਾ ਸਰਕਾਰ ਦਾ ਤਾਂ ਤੁਸੀਂ ਹੁਣ ਸਾਰੀ ਗੱਲ ਮੌਜੂਦਾ ਸਰਕਾਰ ਤੇ ਛੱਡ ਦੋਗੇ ਕੌਮ ਦੇ ਪਿੱਛੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਤੁਹਾਡੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੈਸੇ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਕੌਮ ਦੇ ਲਈ ਡਟ ਕੇ ਖੜੇ ਆ ਔਰ ਅੱਗੇ ਖੜੇ ਆ ਕੌਮ ਦੀ ਜ਼ਿੰਮੇਵਾਰੀ ਸੀ ਕੌਮ ਨੇ ਜ਼ਿੰਮੇਵਾਰੀ ਬਣ ਕੇ ਦੱਸਿਆ ਆ ਔਰ ਬਣਾਈਆਂ ਗਈਆਂ ਨੇ ਔਰ ਤੁਸੀਂ ਇਹ ਚਲੋ ਸਾਡੇ ਦਰਸ਼ਕ ਇਸ ਗੱਲ ਦਾ ਫੈਸਲਾ ਕਰ ਲੈਂਦੇ ਨੇ ਹੁੰਦਲ ਸਾਹਿਬ ਸਾਡੇ ਦਰਸ਼ਕ ਇਸ ਗੱਲ ਦਾ ਫੈਸਲਾ ਕਰ ਲੈਂਦੇ ਨੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਲੈਟ ਆਰ ਵਿਊਅਰਸ ਡਿਸਾਈਡ ਵਟ ਦੇ ਵਾਂਟ ਟੂ ਸੇ ਔਨ ਦਿਸ ਸਟੇਜ ਟੂਡੇ ਥੈਂਕ ਯੂ ਸੋ ਮਚ ਹੁੰਦਲ ਸਾਹਿਬ ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ ਮੇਰੇ ਨਾਲ ਕਾਫੀ ਸਾਰੇ ਦਰਸ਼ਕ ਜੁੜੇ ਹੋਏ ਨੇ ਫਿਲਹਾਲ ਮੈਂ ਇੱਕ ਨਿੱਕੇ ਜਿਹੇ ਬ੍ਰੇਕ ਲਈ ਰੁਕ ਰਿਹਾ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਲਵਾਂਗੇ ਤੁਹਾਡੇ ਫੋਨ ਕਾਲਸ ਹੁਣ ਸਮਾਂ ਜੀ ਤੁਹਾਡੇ ਫੋਨ ਕਾਲਸ ਲੈਣ ਦਾ ਤੁਸੀਂ ਇਸ ਮੰਚ ਦੇ ਉੱਤੇ ਸਾਰੀ ਉਹਨਾਂ ਗੱਲਾਂ ਨੂੰ ਵੇਖਿਆ ਅਤੇ ਹੁਣ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਰੱਖੋ ਤੁਹਾਨੂੰ ਕੀ ਲੱਗਦਾ ਵਟ ਯੂ ਥਿੰਕ ਲੈਂਦੇ ਅਸੀਂ ਆਪਣੀ ਪਹਿਲੀ ਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਮੈਂ ਕੇਵਲ ਸਿੰਘ ਬੋਲ ਰਿਹਾ ਜੀ ਇੱਥੋਂ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਕੇਵਲ ਸਿੰਘ ਜੀ ਕੀ ਵਿਚਾਰ ਰੱਖਣਾ ਚਾਹੋਗੇ ਬਹੁਤ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਕੇਵਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਹੀ ਵਧੀਆ ਮੁੱਦਾ ਹੈਗਾ ਇਹ ਜੀ ਔਰ ਬਹੁਤ ਹੀ ਅੱਛੇ ਤੁਹਾਡੇ ਜਵਾਬ ਨੇ ਜਿਹੜੀ ਅਕਾਲੀ ਦਲ 10 ਸਾਲ ਰਾਜ ਕੀਤਾ ਹੈਗਾ ਉਹਦੇ ਤੁਸੀਂ ਉਹਨਾਂ ਨੂੰ ਕੁਐਸਚਨ ਹੁੰਦਲ ਸਾਹਿਬ ਨੂੰ ਸਹੀ ਪੁੱਛੇ ਨੇ ਬਈ ਤੁਸੀਂ ਦੱਸੋ ਵੀ ਉਸ ਦਿਨ ਦੇ ਵਿੱਚ ਤੁਸੀਂ ਕੀ ਇੰਪਰੂਵ ਕੀਤਾ ਹੈਗਾ ਤੇ ਆਉਂਦਾ ਵੀ ਉਹ ਕਹਿੰਦੇ ਆ ਵੀ ਤੁਸੀਂ ਤੁਸੀਂ
ਨਿਰਪੱਖ ਹੋ ਕੇ ਪਹਿਲਾਂ ਕਾਂਗਰਸ ਦਾ ਵੀ ਦੱਸਿਆ ਵੀ ਕਾਂਗਰਸ ਕੀ ਕਰ ਰਹੀ ਆ, ਔਰ ਉਹਦਾ ਜਵਾਬ ਤੁਸੀਂ ਕਲੀਅਰ ਦੱਸਿਆ ਵੀ ਇੰਪਰੂਵਮੈਂਟ ਨਹੀਂ ਹੋਈ ਹੈਗੀ। ਵੀ ਜਿਹੜੇ ਹੁਣ ਇਹ ਕਹਿੰਦੇ ਆ ਵੀ ਦੁਬਾਰਾ ਅਕਾਲੀ ਦਲ ਆਊਗਾ ਤੇ ਆ ਕੇ ਖਜ਼ਾਨੇ ਫਿਰ ਪੂਰੇ ਹੋਣਗੇ, ਤੇ ਉਹ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੀ ਉਹ ਕਿੱਥੋਂ ਹੋਣਗੇ। ਔਰ ਜਿਹੜਾ ਤੁਹਾਡਾ ਜਵਾਬ ਕੁਐਸਚਨ ਸੀ, ਇਹਨਾਂ ਨੇ ਹੁੰਦਲ ਸਾਹਿਬ ਨੇ ਜਵਾਬ ਨਹੀਂ ਦਿੱਤਾ ਹੈਗਾ ਕਿ ਵੀ ਉਹ ਜਿਹੜੀ ਪਹਿਲਾ ਮਾਫੀਆ ਗਰੁੱਪ ਬਣਿਆ ਹੋਰ ਬਣਿਆ ਉਹ ਹੋਰ ਵੀ ਦਰਸ਼ਕ ਨੇ, ਤੁਸੀਂ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਮੈਂ ਸਤਿ ਸ੍ਰੀ ਅਕਾਲ ਜੀ, ਦਲਵੀਰ ਸਿੰਘ ਬੋਲ ਰਿਹਾ ਜੀ, ਆਈਵਾ ਤੋਂ ਜੀ। ਸਤਿ ਸ੍ਰੀ ਅਕਾਲ ਦਲਵੀਰ ਸਿੰਘ ਜੀ, ਹਾਂਜੀ ਹੋਰ ਦੱਸੋ ਜੀ ਕੀ ਹਾਲ ਚਾਲ ਆ। ਚੜ੍ਹਦੀ ਕਲਾ ਦਲਵੀਰ ਸਿੰਘ ਜੀ ਕੀ ਵਿਚਾਰ ਰੱਖਣਾ ਚਾਹੋਗੇ? ਬਸ ਚੜ੍ਹਦੀ ਕਲਾ ਰਹਿਣੀ ਚਾਹੀਦੀ ਹੈਗੀ ਆ। ਮੈਂ ਜੀ ਤੁਹਾਡੇ ਨਾਲ ਗੱਲ ਇੱਕ, ਇਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਅਸੀਂ ਦੇਖ ਰਹੇ ਸੀਗੇ ਭਾਜੀ ਹੁਣੇ, ਉਹਦੇ ਵਿੱਚ ਇੱਕ ਇਹਨਾਂ ਨੇ ਬਿਜਲੀ ਮਹਿਕਮੇ ਦੇ ਉੱਤੇ ਕੁਛ ਥੋੜੀ ਜਿਹਾ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਜੀ ਅਕਾਲੀ ਦਲ ਦੇ ਸਮੇਂ 24 ਘੰਟੇ ਬਿਜਲੀ ਰਹਿੰਦੀ ਸੀਗੀ ਜੀ, ਹਾਂਜੀ ਹੁਣ ਬਿਜਲੀ ਹੈ ਹੀ ਨਹੀਂ ਪੰਜਾਬ ਦੇ ਵਿੱਚ। ਨਹੀਂ ਮੇਰਾ ਉਹਨਾਂ ਨੇ ਦੇਖੋ ਦੋ ਵਾਰਡ ਸੀਗੇ ਉਹਦੇ ਵਿੱਚ, ਦੋ ਵਾਰਡ ਸੀਗੇ, ਟੂ ਡਿਫਰੈਂਟ ਟਾਈਪ। ਇੱਕ ਉਹਨਾਂ ਨੇ ਕਹਿ ਸਕਿਆ ਵੀ ਬਿਜਲੀ ਮਹਿਕਮਾ ਜਿਹੜਾ ਆ ਉਹਨਾਂ ਨੇ ਗਰੀਬਾਂ ਨੂੰ ਬਿਜਲੀ ਇੰਨੀ ਘਟਾ ਦਿੱਤੀ ਸੀਗੀ ਵੀ ਜਿਹਦੇ ਵਿੱਚ ਉਹਨਾਂ ਨੂੰ ਇੰਨਾ ਪੈਸਾ ਪੇ ਕਰਨਾ ਪੈਂਦਾ ਸੀਗਾ। ਉਹਨਾਂ ਨੇ ਦੂਸਰੀ ਸਾਈਡ ਤੇ ਨਹੀਂ ਗੱਲ ਕੀਤੀ ਵੀ ਬਿਜਲੀ ਕਿਸਾਨਾਂ ਨੂੰ ਤਾਂ ਬਿਜਲੀ ਦੀਆਂ ਜਿਹੜੀਆਂ ਸੀਗੀਆਂ ਇਲੈਕਟ੍ਰਿਕ ਮੋਟਰਾਂ ਆਪਣੇ ਖੇਤਾਂ ਦੇ ਵਿੱਚ ਚੱਲਦੀਆਂ ਹੈਗੀਆਂ ਉਹ ਹੁਣ ਦੀਆਂ ਨੀ ਗੱਲ ਹੈਗੀਆਂ, 10-15 ਸਾਲ ਤੋਂ ਚੱਲਦੀਆਂ ਆ ਰਹੀਆਂ ਹੈਗੀਆਂ। ਉਹਨਾਂ ਨੇ ਛੋਟੀ ਜਿਹੀ ਗੱਲ ਦੇ ਉੱਤੇ ਜਿੱਥੇ 1,000 ਰੁਪਏ ਦਾ ਖਰਚਾ ਆਉਣਾ ਸੀਗਾ ਉੱਥੇ ਉਹਦਾ ਫਰਕ ਦੱਸਦਾ, ਜਿੱਥੇ 10,000 ਦਾ ਆਉਣਾ ਸੀਗਾ ਉਹਦਾ ਫਰਕ ਉਹਨਾਂ ਨੇ ਨਹੀਂ ਦੱਸਿਆ ਹੈਗਾ। ਠੀਕ ਹੈ ਜੀ, ਸਿਰਫ ਆਪਣੀ ਇੱਕ ਸੋਚ ਵਧਾਉਣ ਨੂੰ ਵੀ ਲੋਕ ਸਾਡੇ ਪਿੱਛੇ ਲੱਗਣ, ਮੇਰਾ ਇਹ ਸਿਰ ਛੋਟਾ ਜਿਹਾ ਹੈਗਾ ਭਾਜੀ ਮਸਲਾ ਸੀਗਾ। I think you have raised this issue, ਤੁਸੀਂ ਜ਼ਿਆਦਾ ਇੰਟੈਲੀਜੈਂਟ ਹੈ। ਥੈਂਕ ਯੂ ਵੈਰੀ ਮੱਚ, ਨਹੀਂ ਤੁਸੀਂ ਆਪਣੀ ਗੱਲ ਰੱਖੀ, ਵੀ ਰੀਅਲੀ ਥੈਂਕ ਯੂ, ਤੁਹਾਨੂੰ ਅਸੀਂ ਧੰਨਵਾਦ ਕਰਦੇ ਹਾਂ। ਬੜੀ ਸਾਰੀ ਕਾਲਸ ਇਸ ਟਾਈਮ ਫੋਨ ਕਿਊ ਦੇ ਉੱਤੇ ਹਨ, ਮੈਂ ਤੁਹਾਡੀ ਕਾਲਸ ਲਵਾਂਗਾ, ਮੈਂ ਕਿੱਥੇ ਨਹੀਂ ਜਾ ਰਿਹਾ, ਸਿਰਫ ਪਾਣੀ ਦਾ ਘੁੱਟ ਪੀ ਰਿਹਾ, ਤੁਸੀਂ ਵੀ ਪੀ ਲਓ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਲੈਂਦੇ ਅਸੀਂ ਫੋਨ ਕਾਲਸ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ, ਠੀਕ ਹੋ? ਬਿਲਕੁਲ ਫਰਕ ਹੈ, ਬਿਲਕੁਲ ਠੀਕ ਠਾਕ ਹੈ ਜੀ, ਤੁਸੀਂ ਸੁਣਾਓ ਜੀ। ਦਰਸ਼ਨ ਸਿੰਘ ਜੀ ਕੀ ਵਿਚਾਰ ਰੱਖਣਾ ਚਾਹੋਗੇ? ਗੱਲ ਇਹ ਹੈ ਵੀਰ ਜੀ, ਇਹ ਅਕਾਲੀ ਮੈਨੂੰ ਨੀ ਸਮਝ ਆਉਂਦੀ ਕਿਹੜੇ ਮੂੰਹ ਨਾਲ ਉਹਨਾਂ ਦੀ ਇਹ ਹੁੰਦਲ ਸਾਹਿਬ ਕਰਦੇ ਆ, ਉਹਨਾਂ ਦੀ ਸਪੋਰਟ ਕਰਦੇ ਆ। 10 ਸਾਲ ਤਾਂ ਇਹਨਾਂ ਨੇ ਲਗਾਤਾਰ ਰਾਜ ਕੀਤਾ, ਨਾਲੇ ਕੁੱਟਿਆ ਤੇ ਨਾਲੇ ਲੁੱਟਿਆ, ਤੇ ਨਾਲੇ ਜਨਾਬ ਇਹਨਾਂ ਨੇ ਸਾਡੀ ਜਿਹੜੀ ਜਨਰੇਸ਼ਨ ਤਬਾਹ ਕਰਤੀ ਨਸ਼ਾ ਲਿਆ ਕੇ ਜੀ। ਇਹਨਾਂ ਦੇ ਮਜੀਠੀਏ ਉਹਨਾਂ ਨੇ ਵੇਚ ਵੇਚ ਕੇ ਨਸ਼ਾ ਤੇ ਲੋਕਾਂ ਦੇ ਉੱਤੇ ਮੁੰਡਿਆਂ ਨੂੰ ਨਵਿਆਂ ਨੂੰ ਲਾ ਲਾ ਕੇ, ਔਰ ਏਡਾ ਇਹਨਾਂ ਨੇ ਘਨਾਉਣਾ ਜ਼ੁਲਮ ਕੀਤਾ। ਜਾਨੀ ਮੈਂ ਕਹਿੰਦਾ ਕਾਂਗਰਸ ਵੀ ਜ਼ਿੰਮੇਵਾਰ ਹੈ, ਕਾਂਗਰਸ ਵੀ ਘੱਟ ਨੀ ਹੈਗੀ, ਮੈਂ ਕਾਂਗਰਸ ਦੀ ਸਪੋਰਟ ਨੀ ਕਰਦਾ, ਅਕਾਲੀ ਵੀ ਓਨਾ ਹੀ ਹੈ। ਪੰਜਾਬ ਦੇ ਵੱਡੇ ਦੋ ਗੁਨਾਹਗਾਰ ਹੈ ਜਿਹੜੇ ਕਿ ਮੈਂ ਸਮਝਦਾ ਲੋਕਾਂ ਨੂੰ ਪਤਾ ਹੀ ਨਹੀਂ ਕਿਹੜੇ ਹਿਸਾਬ ਨਾਲ ਬਿਜਲੀ ਦੀ ਗੱਲ ਦੇਖਣੀ ਹੈ ਤਾਂ ਦਿੱਲੀ ਦੀ ਸਰਕਾਰ ਤੋਂ ਦੇਖੋ, ਉਹਨਾਂ ਨੇ ਫ੍ਰੀ ਬਿਜਲੀ ਕੀਤੀ ਹੋਈ ਹੈ। ਜੇ ਐਜੂਕੇਸ਼ਨ ਦੀ ਗੱਲ ਦੇਖਣੀ ਤਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਦੇਖੋ ਕਿਵੇਂ ਉਹਨਾਂ ਨੇ ਐਜੂਕੇਸ਼ਨ ਫ੍ਰੀ ਕੀਤੀ ਹੋਈ ਹੈ। ਜੇ ਹੈਲਥ ਦਾ ਕਰ ਦੇਖਣਾ ਹੈ ਤਾਂ ਦੇਖੇ ਦਿੱਲੀ ਦੀ ਸਰਕਾਰ ਤੋਂ ਦੇਖੋ ਕਿਵੇਂ ਉਹਨਾਂ ਨੇ ਤੁਹਾਨੂੰ ਫ੍ਰੀ ਕਰਤਾ, ਭਾਵੇਂ 10 ਲੱਖ ਦਾ ਆਪਰੇਸ਼ਨ ਹੋਵੇ ਦਿੱਲੀ ਦੀ ਸਰਕਾਰ ਫ੍ਰੀ ਕਰਦੀ ਹੈ। ਜੀ 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 ਜੀ, ਜ਼ਮੀਨੀ ਪੱਧਰ ਤੇ ਕੁਝ ਨਾ ਕੁਝ ਤਾਂ ਨਜ਼ਰ ਆ ਰਿਹਾ ਨਾ, ਭਾਵੇਂ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਕਰ ਰਹੀ ਹੈ। ਅਸੀਂ ਨਹੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਉਹ ਵਚਨਬੰਧ ਹੋ ਪਾਏ, ਪੰਜਾਬ ਦੇ ਮਸਲੇ ਕੁਝ ਹੋਰ ਨੇ, ਪਰ ਦੂਜੀ ਸਰਕਾਰਾਂ ਤੋਂ ਘੱਟੋ ਘੱਟ ਸਿੱਖਣਾ ਤਾਂ ਚਾਹੀਦਾ। ਜਦੋਂ ਇਮਾਨਦਾਰ ਸਰਕਾਰ ਹੋਊਗੀ ਨਾ ਇੱਥੇ ਵੀ ਹੋਊਗਾ। ਇਹ ਕਹਿੰਦੇ ਖਜ਼ਾਨਾ, ਇੱਕ ਜਾਂ ਕਹਿੰਦੇ ਖਜ਼ਾਨਾ ਖਾਲੀ ਹੈ, ਉਹਨੇ ਕਿਸੇ ਟੈਕਸ ਵੀ ਨਹੀਂ ਲਾਇਆ, ਈਵਨ ਲੋਕਾਂ ਦੇ ਟੈਕਸ ਘਟਾਏ, ਖਜ਼ਾਨੇ ਦਾ ਜਿਹੜਾ ਰੈਵਨਿਊ ਵੱਧ ਗਿਆ ਜੀ, 30,000 ਕਰੋੜ ਸੀਗਾ 50,000 ਕਰੋੜ ਹੋ ਗਿਆ। ਹੁਣ ਇੱਥੇ ਬਿਲਕੁਲ ਦਰਸ਼ਨ ਸਿੰਘ ਜੀ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤੀ ਰੱਖਦਾ, ਬਹੁਤ ਬਹੁਤ ਮਿਹਰਬਾਨੀ, ਮੈਂ ਹੋਰ ਵੀ ਕਾਲਰਾਂ ਦੇ ਵਿਚਾਰ ਜ਼ਰੂਰ ਲੈਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵੰਤ ਸਿੰਘ ਗਿੱਲ ਬੋਲ ਰਿਹਾ ਬਲੇਨ ਵਾਸ਼ਿੰਗਟਨ ਤੋਂ। ਜੀ ਜੀ ਜੀ, ਗਿੱਲ ਸਾਹਿਬ ਠੀਕ ਹੋ?
ਹਾਂ ਜੀ ਹਾਂ ਜੀ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੁਣੇ ਸੁਣਿਆ ਸੀ ਜਦੋਂ ਤੁਸੀਂ ਉਹ ਕੁੰਦਲ ਜੀ ਨਾਲ ਗੱਲ ਕਰ ਰਹੇ ਸੀ ਨਾ ਜੀ ਤੇ ਦੇਖੋ ਵੀ ਝੂਠਾ ਬੰਦਾ ਜਿਹੜਾ ਹੁੰਦਾ ਨਾ ਜੀ ਤੇ ਉਹਦੇ ਪੈਰ ਨੀ ਹੁੰਦੇ ਜੀ ਤੁਸੀਂ ਦੇਖੋ ਵੀ ਉਹਨਾਂ ਨੂੰ ਕੋਈ ਜਵਾਬ ਨੀ ਆਇਆ ਜੀ ਬੜੀ ਉੱਚੀ ਉੱਚੀ ਬੋਲ ਕੇ ਉਹ ਤੁਹਾਨੂੰ ਉਹ ਤੁਹਾਡੀ ਸੱਚੀ ਸੁੱਚੀ ਗੱਲ ਨੂੰ ਦਬਾਉਣਾ ਚਾਹੁੰਦੇ ਸੀ ਜੀ ਪਹਿਲੀ ਗੱਲ ਤਾਂ ਇਹ ਇੱਕ ਕਹਾਵਤ ਪਹਿਲਾਂ ਚੱਲਦੀ ਹੁੰਦੀ ਸੀ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ ਵੀ ਚੋਰ ਇਹ ਹੈ ਤਾਂ ਦੋਨੋਂ ਹੀ ਚੋਰ ਨੇ ਪਰ ਅਕਾਲੀਏ ਨੇ ਤਾਂ ਉਹ ਕੰਮ ਕਰ ਦਿੱਤਾ ਕਿ ਸਿੱਖੀ ਜਿਹੜੀ ਇਹਨੂੰ ਨੀ ਇੰਨੀ ਨੀ ਗਿਰਾਵਟ ਤੇ ਲੈ ਗਏ ਸਾਡੇ ਜਥੇਦਾਰਾਂ ਦਾ ਜਿਹੜਾ ਇੰਨਾ ਸਤਿਕਾਰ ਹੁੰਦਾ ਸੀ ਨਾ ਇਹਨਾਂ ਲੋਕਾਂ ਨੇ ਉਹਨਾਂ ਤੋਂ ਗਲਤ ਕੰਮ ਕਰਾ ਕਰਾ ਕੇ ਜੀ ਇੰਨੇ ਹੀ ਉਹਨਾਂ ਦਾ ਸਤਿਕਾਰ ਕਰਾ ਦਿੱਤਾ ਕਿ ਹੁਣ ਜੇ ਜਥੇਦਾਰ ਕਿਤੇ ਆਵੇ ਨਾ ਸਾਡੇ ਤੇ ਜਥੇਦਾਰ ਆਏ ਸੀ ਬੈਲੀਆਂ 500 ਬੰਦਾ ਇਕੱਠਾ ਨੀ ਹੋਇਆ ਜੀ ਦੇਖੋ ਢੱਡਰੀਆਂ ਵਾਲਾ ਆ ਜੇ ਨਾ ਤੇ 5000 ਬੰਦਾ ਇਕੱਠਾ ਹੋ ਜਾਂਦਾ ਜੀ ਜਿਹੜੇ ਜਥੇਦਾਰ ਆਏ ਸੀ ਤਖ਼ਤ ਕੇਸਗੜ੍ਹ ਦਾ ਹਰਿਮੰਦਰ ਸਾਹਿਬ ਤੋਂ 500 ਬੰਦਾ ਹਾਰਡਲੀ ਇਕੱਠਾ ਨੀ ਹੋਇਆ ਤੇ ਜਦੋਂ ਬੈਠੇ ਸੀ ਹਜੇ ਪ੍ਰੋਗਰਾਮ ਚੱਲ ਰਿਹਾ ਸੀ ਤੇ 25 ਬੰਦੇ ਉਧਰ ਦੇ 25 ਬੀਬੀਆਂ ਬਹਿ ਗਈਆਂ ਸੀ ਇੰਨਾ ਸਤਿਕਾਰ ਸਾਡੇ ਜਥੇਦਾਰਾਂ ਦਾ ਨੀਵਾਂ ਆ ਗਿਆ ਔਰ ਇਹ ਗਾਲੀਆਂ ਕਰਕੇ ਦੂਜੇ ਪਾਸੇ ਕਹਿੰਦੇ ਬੰਦਾ ਬਹਾਰ ਦੀ ਅਸੀਂ ਉੱਥੇ ਬੁੱਤ ਲਾਤਾ ਤੁਹਾਡੀ ਗੱਲ ਸਹੀ ਆ ਫਿਰ ਇਹਨੇ ਕੋ ਬਣਾਤਾ ਅਨੰਦਪੁਰ ਸਾਹਿਬ ਕੋਈ ਉਹਨਾਂ ਚੀਜ਼ਾਂ ਦਾ ਫਾਇਦਾ ਨੀ ਕਿਸੇ ਨੂੰ ਜਿੰਨਾ ਚਿਰ ਤੁਹਾਡੀ ਆਪਦੀ ਤੁਸੀਂ ਜਿਹੜਾ ਪੱਧਰ ਆ ਤੁਹਾਡੀ ਜਿਹੜੀ ਸੋਚ ਆ ਉਹ ਸਿੱਖੀ ਵਾਲੀ ਨੀ ਤੁਸੀਂ ਏਦਾਂ ਵੱਡੇ ਵੱਡੇ ਬੁੱਤ ਲਾ ਕੇ ਕੀ ਦਿਖਾਉਣਾ ਚਾਹੁੰਦੇ ਆ ਤੁਸੀਂ ਆਪ ਤਾਂ ਨਸ਼ੇ ਵੇਚਦੇ ਸਾਰੇ ਜੀ ਜੀ ਬੁੱਤ ਲਾ ਕੇ ਤੁਸੀਂ ਬੱਚੇ ਨੂੰ ਕੀ ਸਿਖਾ ਦਿਓਗੇ ਹਰ ਇੱਕ ਨੂੰ ਪਤਾ ਵੀ ਇਹਨਾਂ ਦੇ ਜਿੰਨੇ ਲੀਡਰ ਆ ਸਾਰੇ ਨਸ਼ੇ ਪਕਾਉਂਦੇ ਆ ਸੁਵੀਰ ਬਾਦਲ ਤੋਂ ਲੈ ਕੇ ਸਾਰੇ ਨਸ਼ਈ ਬੰਦੇ ਨੇ ਇਹ ਤੇ ਇਹ ਕੀ ਸਿੱਖ ਕੌਮ ਨੂੰ ਦੇ ਦੇਣਗੇ ਜੀ ਜੀ ਸੋ ਇਹਨਾਂ ਨੇ ਹੋਰ ਤਾਂ ਕਰਨਾ ਕੀ ਤਾਂ ਇਹਨਾਂ ਗੱਲਾਂ ਚੋਂ ਨਹੀਂ ਨਿਕਲਦੇ ਜੀ ਮਿਹਰਬਾਨੀ ਤੁਹਾਡੀ ਮੈਂ ਇਹਨਾਂ ਨੂੰ ਮੈਂ ਤੁਹਾਡੇ ਵਿਚਾਰਾਂ ਨਾਲ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਮਿਹਰਬਾਨੀ ਤੁਹਾਡੀ ਧੰਨਵਾਦ ਮਿਹਰਬਾਨੀ ਤੁਹਾਡੀ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਂ ਤੁਹਾਨੂੰ ਸੁਣਨਾ ਚਾਹੁੰਦਾ ਸੀਗਾ ਔਰ ਮੈਂ ਹੱਥ ਜੋੜ ਕੇ ਮਾਫੀ ਮੰਗਣਾ ਉਹਨਾਂ ਸਾਰੇ ਦਰਸ਼ਕਾਂ ਤੋਂ ਜਿਨ੍ਹਾਂ ਦੀ ਮੈਂ ਫੋਨ ਕਾਲਸ ਨਹੀਂ ਚੱਕ ਪਾਇਆ ਲੇਕਿਨ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com harkeerat@justbroadcasting.com ਦੇ ਉੱਤੇ ਕੋਈ ਵੀ ਫੀਡਬੈਕ ਕੋਈ ਵੀ ਸੁਝਾਵ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਸਾਨੂੰ ਮੇਲ ਕਰੋ ਅਸੀਂ ਉਸਦੇ ਉੱਤੇ ਜ਼ਰੂਰ ਆਪਣੇ ਪ੍ਰਤੀਕਰਮ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਫਿਲਹਾਲ ਅੱਜ ਦੇ ਇਸ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ